ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਦਾ ਪ੍ਰੋਗਰਾਮ ਖਾਸ ਤੌਰ 'ਤੇ ਇੱਕ ਇਹੋ ਜਿਹੀ ਗੁਰਸਿੱਖ ਗੁਰਮੁਖ ਰੂਹ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ, ਜਿਹਦੇ ਬਾਰੇ ਆਖਿਆ ਜਾ ਸਕਦਾ ਹੈ ਕਿ ਉਹ ਧੁਰੋਂ ਬਖਸ਼ਾਈ ਹੋਈ ਰੂਹ ਸੀ। ਗੁਰਮਤਿ ਦਾ ਪ੍ਰਚਾਰ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨਾ ਉਸ ਗੁਰਸਿੱਖ ਗੁਰਮੁਖ ਨੇ ਕੀਤਾ, ਉਹਨਾਂ ਸ਼ਾਇਦ ਅਜੇ ਤੱਕ ਕਿਸੇ ਹੋਰ ਦੇ ਹਿੱਸੇ ਵਿੱਚ ਨਹੀਂ ਆਇਆ। ਮੇਰੀ ਮੁਰਾਦ ਹੈ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਚਲਦਾ ਵਹੀਰ ਵਾਲੇ, ਜਿਨ੍ਹਾਂ ਨੂੰ ਆਪਾਂ ਬੜੇ ਪਿਆਰ ਦੇ ਨਾਲ ਉਹਨਾਂ ਦਾ ਦਾਇਰਾ ਉਹਨਾਂ ਨੂੰ ਭਾਈ ਸਾਹਿਬ ਕਹਿ ਕੇ ਵੀ ਸੰਬੋਧਨ ਕਰਿਆ ਕਰਦਾ ਸੀ, ਸਿੰਘ ਸਾਹਿਬ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਸੀ ਉਹਨਾਂ ਨੂੰ, ਔਰ UK ਤੋਂ ਤੁਰ ਕੇ ਯੂਰਪ ਤੱਕ ਜਾ ਕੇ ਯੂਰਪ ਦੇ ਦੇਸ਼ਾਂ 'ਚ ਜਦੋਂ ਅਜੇ ਸਿੱਖੀ ਬਹੁਤ ਨਹੀਂ ਸੀ ਫੈਲੀ, ਜਦੋਂ ਅਜੇ ਗੁਰਦੁਆਰੇ ਨਹੀਂ ਸਨ ਖੁੱਲ੍ਹੇ, ਉਦੋਂ ਉਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ ਸੀ। ਅਤੇ ਯੂਰਪ ਦੇ ਪਹਿਲੇ ਗੁਰਦੁਆਰੇ, ਉਹਨਾਂ ਦੇ ਵਿੱਚ ਪ੍ਰਚਾਰ ਦੀ ਗੱਲ, ਪਹਿਲੇ ਗੁਰਦੁਆਰੇ ਖੋਲ੍ਹਣੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਜਾਣੇ, ਅਤੇ ਸਾਰੇ ਤਕਰੀਬਨ ਗੁਰਦੁਆਰੇ ਜਿਹੜੇ ਪਹਿਲੇ ਅੰਮ੍ਰਿਤ ਸੰਚਾਰ ਹੋਏ ਉਹ ਭਾਈ ਰਜਿੰਦਰ ਸਿੰਘ ਜੀ ਨੇ ਆਪ ਅੱਗੇ ਲੱਗ ਕੇ ਮੋਹਰੀ ਬਣ ਕੇ ਕੀਤੇ, ਔਰ ਜਿਹੜੀਆਂ ਗੁਰਦੁਆਰਿਆਂ ਦੀਆਂ ਲੋੜਾਂ ਹੁੰਦੀਆਂ ਸਨ ਉਹ ਵੀ UK ਦੇ ਗੁਰਦੁਆਰਿਆਂ ਦੀਆਂ, UK ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਆਰੰਭ ਦੇ ਵਿੱਚ ਉਹ ਸਾਰੀਆਂ ਲੋੜਾਂ ਵੀ ਪੂਰੀਆਂ ਕਰਦੇ ਰਹੇ। ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ, ਉਹਨਾਂ ਦਾ ਜਨਮ 1952 ਦਾ, ਔਰ 1972 ਦੇ ਵਿੱਚ ਉਹਨਾਂ ਨੇ ਅੰਮ੍ਰਿਤ ਛਕਿਆ 20 ਸਾਲ ਦੀ ਉਮਰ 'ਚ। ਪਰ ਜਦੋਂ ਅੰਮ੍ਰਿਤ ਛਕਿਆ ਤਾਂ ਅੰਦਰੋਂ ਇੱਕ ਐਸੀ ਲਗਨ ਲੱਗੀ ਸਿੱਖੀ ਦੇ ਪ੍ਰਚਾਰ ਦੀ ਕਿ ਆਪਣਾ ਸਾਰਾ ਜੀਵਨ ਹੀ ਸਿੱਖੀ ਦੇ ਪ੍ਰਚਾਰ ਨੂੰ ਸਮਰਪਿਤ ਕਰ ਦਿੱਤਾ। 1972 ਤੋਂ ਲੈ ਕੇ 2000 ਇਸ ਤੱਕ, ਜਦ ਤੱਕ ਉਹ ਸਰੀਰਕ ਆਜੂ ਦੇ ਵਿੱਚ ਵਿਚਰਦ ਰਹੇ ਸੰਸਾਰ ਦੇ ਉੱਤੇ, ਉਹਨਾਂ ਨੇ 28 ਸਾਲ ਦਾ ਸਮਾਂ ਸਿੱਖੀ ਦੇ ਪ੍ਰਚਾਰ ਨੂੰ ਸਮਰਪਿਤ ਰਹੇ। ਦੁਨੀਆ ਦੇ 40 ਦੇਸ਼ਾਂ ਦਾ ਉਹਨਾਂ ਨੇ ਰਟਨ ਕੀਤਾ, 40 ਦੇਸ਼ਾਂ ਦੇ ਵਿੱਚੋਂ ਵੱਖ ਵੱਖ ਦੇਸ਼ਾਂ ਜਿੱਥੇ ਸਿੱਖ ਵੱਸਦੇ ਸਨ ਉੱਥੇ ਪ੍ਰਚਾਰ ਕਰਨ ਲਈ ਗਏ, ਔਰ ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਉਹਨਾਂ ਦੇ ਜਾਣ ਨਾਲ ਹੀ ਸਿੱਖੀ ਦਾ ਪ੍ਰਚਾਰ ਸ਼ੁਰੂ ਹੋਇਆ, ਗੁਰਦੁਆਰੇ ਸ਼ੁਰੂ ਹੋਏ, ਔਰ ਪ੍ਰਚਾਰ ਦੇ ਜਿਹੜੇ ਵੱਡੇ ਵੱਡੇ ਬੰਨ ਨੂੰ ਬੰਨੇ ਗਏ। ਗੁਰਮਤਿ ਦੇ ਕੈਂਪ ਲਾਉਣ ਦੀ ਜਿਹੜੀ ਪਿਰਤ ਯੂਰਪ ਦੇ ਵਿੱਚ ਸੀ ਉਹ ਵੀ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਨੇ ਆਪ ਪਾਈ, ਔਰ ਉਹਨਾਂ ਦਾ ਜਿਹੜਾ ਪ੍ਰਚਾਰ ਸੀ ਚਲਦੇ ਵੀਰ ਦਾ, ਜਿਹੜਾ ਇਹ ਪ੍ਰਚਾਰ ਸੀ, ਜਿਹੜੀ ਇੱਕ ਸਪਿਰਿਟ ਸੀਗੀ ਪ੍ਰਚਾਰ ਦੀ, ਗੁਰਮਤਿ ਦੇ ਪਸਾਰ ਦੀ ਜਿਹੜੀ ਸਪਿਰਿਟ ਸੀ ਉਹਨੂੰ ਮੁੱਖ ਰੱਖਦਿਆਂ ਹੋਇਆਂ, ਬੇਸ਼ੱਕ ਉਹ ਬੜੀ ਛੋਟੀ ਜਿਹੀ ਉਮਰ 'ਚ ਅਕਾਲ ਚਲਾਣਾ ਕਰ ਗਏ ਸਨ, 48 ਸਾਲ ਦੀ ਛੋਟੀ ਜਿਹੀ ਉਮਰ ਸੀ 1952 ਦਾ, ਜਨਮ 2000 ਦੇ ਵਿੱਚ ਅਕਾਲ ਚਲਾਣਾ, ਛੋਟੀ ਜਿਹੀ ਉਮਰ 48 ਸਾਲ ਦੀ, ਪਰ ਇੰਨਾ ਵੱਡਾ ਕੰਮ ਕੀਤਾ ਸੀ ਕਿ ਅਜਾਇਬ ਘਰ ਦੇ ਵਿੱਚ ਉਹਨਾਂ ਦੀ 2004 ਦੇ ਵਿੱਚ ਉਹਨਾਂ ਦੀ ਤਸਵੀਰ ਲਾਈ ਗਈ, ਫੋਟੋ ਲਾਈ ਗਈ, ਉਹਨਾਂ ਦੇ ਪ੍ਰਚਾਰ ਜਿਹੜਾ ਸੀ ਉਹਨਾਂ ਨੇ ਹਰ ਤਰ੍ਹਾਂ ਦੇ ਧੜੇ ਤੋਂ ਉੱਪਰ ਉੱਠ ਕੇ, ਜਿਹੜਾ ਪੰਥ ਨੂੰ ਸਮਰਪਿਤ ਹੋ ਕੇ, ਸਿੱਖੀ ਨੂੰ ਸਮਰਪਿਤ ਹੋ ਕੇ, ਗੁਰੂ ਸਾਹਿਬਾਨ ਨੂੰ ਸਮਰਪਿਤ ਹੋ ਕੇ, ਪੂਰੀ ਕੌਮ ਨੂੰ ਸਮਰਪਿਤ ਹੋ ਕੇ ਜਿਹੜਾ ਪ੍ਰਚਾਰ ਕੀਤਾ ਸਿੱਖੀ ਦਾ ਸੀ, ਉਸ ਪ੍ਰਚਾਰ ਨੂੰ ਮੁੱਖ ਰੱਖ ਕੇ ਉਹਨਾਂ ਦੀ ਤਸਵੀਰ ਅਜਾਇਬ ਘਰ ਦੇ ਵਿੱਚ ਵੀ ਲਾਈ ਗਈ 2004 ਦੇ ਵਿੱਚ। ਇੱਥੇ ਵੀ ਗੱਲ ਕਹਿਣੀ ਕਥਾਣੀ ਹੋਵੇਗੀ ਕਿ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਸਿੱਖ ਪ੍ਰਚਾਰਕ ਵਿਚਰਦੇ ਨੇ, ਜਿੰਨੀਆਂ ਵੀ ਵੱਡੀਆਂ ਸ਼ਖਸੀਅਤਾਂ ਵਿਚਰਦੇ ਨੇ, ਜਿਨ੍ਹਾਂ ਦੀ ਸਿੱਖ ਨੂੰ ਬਹੁਤ ਵੱਡੀ ਦੇਣ ਹੈ, ਉਹਨਾਂ ਵਿੱਚੋਂ ਜੇ ਸਭ ਤੋਂ ਪਹਿਲਾਂ ਕਿਸੇ ਦੀ ਰਿਕੋਗਨਾਈਜ਼ ਹੋਈ, ਜਿਹੜੀ ਮਾਨਤਾ ਹੋਈ ਇੱਕ ਅਜਾਇਬ ਘਰ 'ਤੇ, ਜੇ ਕਿਸੇ ਦੀ ਤਸਵੀਰ ਲੱਗੀ, ਫੋਟੋ ਲੱਗੀ, ਤਾਂ ਉਹ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਦੀ ਫੋਟੋ ਲੱਗੀ ਸੀ। ਬਾਅਦ ਵਿੱਚ ਦੋ ਹੋਰ ਗੁਰਸਿੱਖਾਂ ਦੀਆਂ ਫੋਟੋਆਂ ਵੀ ਲੱਗੀਆਂ ਦੇਸ਼ਾਂ ਵਿਦੇਸ਼ਾਂ 'ਚ, ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਜੋਗੀ, ਜਿਹੜੇ ਕਿ ਜਿਨ੍ਹਾਂ ਨੇ ਗੋਰਿਆਂ ਦੇ ਵਿੱਚ ਅੰਮ੍ਰਿਤ ਸੰਚਾਰ ਕੀਤਾ ਸੀ ਅਮਰੀਕਾ ਦੀ ਧਰਤੀ ਉੱਤੇ, ਔਰ ਇੱਕ ਹੋਰ ਮਹਾਂਪੁਰਸ਼ ਮਲਾਕਾ ਵਾਲੇ ਮਹਾਂਪੁਰਸ਼ ਕਰਕੇ ਆਪਾਂ ਜਿਨ੍ਹਾਂ ਨੂੰ ਜਾਣਦੇ ਹਾਂ, ਜਿਨ੍ਹਾਂ ਦਾ ਇੱਕ ਮਲੇਸ਼ੀਆ ਦੇ ਵਿੱਚ ਬਹੁਤ ਵੱਡਾ ਸਿੱਖੀ ਦਾ ਪ੍ਰਚਾਰ ਸੀ, ਬਾਅਦ 'ਚ ਉਹਨਾਂ ਦੀ ਫੋਟੋ ਵੀ ਲਾਈ ਗਈ, ਪਰ ਪਹਿਲੇ ਗੁਰਸਿੱਖ ਸਨ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ, ਜਿਨ੍ਹਾਂ ਦੀ ਅਜਾਇਬ ਘਰ ਦੇ ਵਿੱਚ ਫੋਟੋ ਲਾਈ ਗਈ। ਅੱਜ ਉਚੇਚੇ ਤੌਰ 'ਤੇ ਅਸੀਂ ਬੇਨਤੀ ਕਰਕੇ ਉਹਨਾਂ ਦੇ ਪਰਿਵਾਰ ਨੂੰ ਸੱਦਿਆ ਹੈ, ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਦੇ ਧਰਮ ਪਤਨੀ ਜੀ, ਇਸ ਪਤਨੀ ਜਿਹੜੇ ਅੱਗੇ ਉਹਨਾਂ ਦੇ ਵੱਡੇ ਹੋਏ ਕੰਮਾਂ ਨੂੰ ਨਾਲ ਲੈ ਕੇ ਤੁਰਦੇ ਰਹੇ, ਅਤੇ ਉਹਨਾਂ ਤੋਂ ਬਾਅਦ 'ਚ ਵੀ ਉਹਨਾਂ ਦੇ ਵੱਡੇ ਹੋਏ ਸਾਰੇ ਕੰਮਾਂ ਨੂੰ, ਗੁਰਮਤਿ ਕੈਂਪਾਂ ਨੂੰ, ਪ੍ਰਚਾਰ ਪ੍ਰਸਾਰ ਦੇ ਕੰਮਾਂ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾ ਰਹੇ ਨੇ ਬੀਬੀ ਬਲਬੀਰ ਕੌਰ ਜੀ, ਉਹਨਾਂ ਦੇ ਧਰਮ ਸਪਤਨੀ, ਉਹਨਾਂ ਨੂੰ ਬੇਨਤੀ ਕਰਕੇ ਉਚੇਚੇ ਤੌਰ 'ਤੇ ਸੱਦਿਆ ਹੈ, ਔਰ ਨਾਲ ਹੀ ਉਹਨਾਂ ਦੀ ਬੱਚੀ ਜਿਨ੍ਹਾਂ ਦਾ ਕਿ ਆਨੰਦ ਕਾਰਜ ਆਸਟ੍ਰੇਲੀਆ ਦੀ ਧਰਤੀ 'ਤੇ ਕੀਤਾ ਗਿਆ, ਆਸਟ੍ਰੇਲੀਆ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਆਏ ਨੇ ਇੰਗਲੈਂਡ ਦੀ ਧਰਤੀ 'ਤੇ, ਜਤਿੰਦਰ ਕੌਰ ਜੀ ਬੱਚੀ ਹੈ ਭਾਈ ਸਾਹਿਬ ਰਜਿੰਦਰ ਸਿੰਘ ਜੀ ਦੀ, ਉਹਨਾਂ ਨੂੰ ਉਚੇਚੇ ਤੌਰ 'ਤੇ ਬੇਨਤੀ ਕਰਕੇ ਸੱਦਿਆ ਹੈ। ਪਹਿਲਾਂ ਫਤਿਹ ਸਾਂਝੀ ਕਰਦੇ ਜੀ, ਆਖਦੇ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਅੱਜ ਜਿੱਥੇ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਨੂੰ ਸ਼ਰਧਾਂਜਲੀ ਦੇਣ ਵਾਲੀ ਗੱਲ ਹੈ, ਉੱਥੇ ਉਚੇਚੇ ਤੌਰ 'ਤੇ ਸੱਦਣ ਦਾ ਮਕਸਦ ਇਹ ਵੀ ਹੈ ਕਿ 6 ਅਕਤੂਬਰ ਨੂੰ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਦੀ ਬਰਸ਼ੀ ਇੰਗਲੈਂਡ ਦੀ ਧਰਤੀ 'ਤੇ ਮਨਾਈ ਜਾ ਰਹੀ ਹੈ। ਕਿੱਥੇ ਮਨਾਈ ਜਾ ਰਹੀ ਹੈ? ਇੱਥੋਂ ਹੀ ਗੱਲ ਸ਼ੁਰੂ ਕਰਦੇ ਹਾਂ ਬੱਚੀ ਜਤਿੰਦਰ ਕੌਰ ਜੀ ਤੋਂ। ਬੇਟਾ ਜੀ, ਭਾਈ ਸਾਹਿਬ ਦੀ ਬਰਸ਼ੀ ਕਦੋਂ ਮਨਾਈ ਜਾ ਰਹੀ ਹੈ, ਕਿੱਥੇ ਮਨਾਈ ਜਾ ਰਹੀ ਹੈ, ਕਿਵੇਂ ਮਨਾਈ ਜਾ ਰਹੀ ਹੈ?
ਸੈਟਰਡੇ ਸ਼ੇਰ ਕੁਤੁਬ ਨੂੰ ਮਨਾਈ ਜਾ ਰਹੀ ਆ ਹਾਂਜੀ ਸਮੈਦਿਕ ਹਾਈ ਸਟਰੀਟ ਗੁਰਦੁਆਰਾ ਜੋ ਮੇਨ ਗੁਰਦੁਆਰਾ ਹੈਗਾ ਉਸ ਉਸ ਸਟਰੀਟ ਦੇ ਵਿੱਚ ਹੈ ਸ਼ਾਮ ਨੂੰ 6:30 ਤੋਂ ਬਾਅਦ 11 ਸ਼ਾਮ ਤੱਕ ਕੀਰਤਨ ਲਗਾਤਾਰ ਹੋਗਾ ਉਸ ਦੇ ਨਾਲ ਅਸੀਂ ਕੋਸ਼ਿਸ਼ ਕਰਨੀ ਸੀਗੀ ਕਿ ਇੱਕ ਫੋਟੋ ਐਕਸੀਬਿਸ਼ਨ ਵੀ ਨਾਲ ਉੱਥੇ ਜਿੱਥੇ ਫੋਇਆ ਏਰੀਆ ਦੇ ਵਿੱਚ ਵੀ ਜੋ ਭਾਈ ਸਾਹਿਬ ਦੇ ਜੀਵਨ ਬਾਰੇ ਵੀ ਦੱਸਿਆ ਜਾਵੇ ਸੰਗਤਾਂ ਦੇ ਵਿੱਚ ਨਾਲੇ ਅੱਜ ਦਾ ਵੀ ਮਕਸਦ ਵੀ ਸੀਗਾ ਕਿ ਤਕਰੀਬਨ ਡੈਡੀ ਹੁਣ ਦਾ ਜ਼ਿਆਦਾ ਉਮਰ ਉਹਨਾਂ ਨੇ ਬਾਹਰ ਬੀਤੀ ਗਈ ਸੀਗੀ ਇੰਗਲੈਂਡ ਤੋਂ ਐਂਡ ਆਈ ਥਿੰਕ ਇੰਗਲੈਂਡ ਵਿੱਚ ਉਹਨਾਂ ਦੇ ਬਾਰੇ ਜਾਣਕਾਰੀ ਬਹੁਤ ਘੱਟ ਹੈਗੀ ਆ ਸੋ ਜਿਹੜੇ ਪੁਰਾਣੇ ਸਿੰਘ ਹੈਗੇ ਆ ਉਹਨਾਂ ਦੇ ਬਾਰੇ ਕਾਫੀ ਜਾਣਦੇ ਹੈਗੇ ਆ ਪਰ ਆਈ ਥਿੰਕ ਅੱਜ ਕੱਲ੍ਹ ਨੌਜਵਾਨ ਜੇ ਉਹਨਾਂ ਨੂੰ ਪੁੱਛਿਆ ਜਾਵੇ ਕੌਣ ਸੀਗੇ ਕੀ ਕਿਸ ਤਰ੍ਹਾਂ ਸੀਗੇ ਕਈਆਂ ਨੂੰ ਨਹੀਂ ਪਤਾ ਹੈਗਾ ਤੁਸੀਂ ਜਾਣਕਾਰੀ ਦੇਣ ਲਈ ਭਾਈ ਸਾਹਿਬ ਦੇ ਬਾਰੇ ਕੋਈ ਕਿਤਾਬ ਦਾ ਜਾਂ ਕਿਸੇ ਵੀਡੀਓ ਦਾ ਕੋਈ ਇੰਤਜ਼ਾਮ ਕਰ ਰਹੇ ਹੋ ਹਾਂਜੀ ਸੋ ਪਿਛਲੇ 2 ਸਾਲਾਂ ਤੋਂ ਅਸੀਂ ਇੱਕ ਉਪਰਾਲਾ ਸ਼ੁਰੂ ਕੀਤਾ ਹੈਗਾ ਕਿ ਡੈਡੀ ਹੁਣ ਦੇ ਜੀਵਨ ਬਾਰੇ ਨਾਲੇ ਉਹਨਾਂ ਦੇ ਕਿਸ ਤਰ੍ਹਾਂ ਉਹ ਦੁਨੀਆਂ ਦੇ ਵਿੱਚ ਪ੍ਰਚਾਰ ਚਲਾਇਆ ਕਿਸ ਤਰ੍ਹਾਂ ਉਹ ਦੁਨੀਆਂ ਦੇ ਵਿੱਚ ਗਏ ਉਹਨਾਂ ਦੀ ਇੱਕ ਬਾਇਓਗ੍ਰਾਫੀ ਉਹਨਾਂ ਦੀ ਕਿਤਾਬ ਉਹਨਾਂ ਦੇ ਜੀਵਨ ਬਾਰੇ ਉਪਰਾਲਾ ਸ਼ੁਰੂ ਕੀਤਾ ਹੈ ਜਿਸ ਵਿੱਚ ਅਸੀਂ 2010 ਵਿੱਚ ਸ਼ੁਰੂ ਕੀਤਾ ਸੀਗਾ ਉਸ ਕੰਮ ਦਾਸ ਜਾ ਕੇ ਕਈਆਂ ਦੇਸ਼ਾਂ ਦੇ ਵਿੱਚ ਮੈਂ ਗਈ ਹੈਗੀ ਹਾਂ ਆਸਟ੍ਰੇਲੀਆ ਦੇ ਵਿੱਚ ਵੀ ਕਈ ਸਿੰਘਾਂ ਦੇ ਨਾਲ ਜਿਹੜੇ ਪੁਰਾਣੇ ਸਿੰਘ ਸੀਗੇ ਉਹਨਾਂ ਦੇ ਨਾਲ ਇੰਟਰਵਿਊਜ਼ ਲਈਆਂ ਸੀਗੀਆਂ ਫੋਟੋਆਂ ਇਕੱਠੀਆਂ ਕੀਤੀਆਂ ਨਾਲੇ ਜਿੱਥੇ ਜਿੱਥੇ ਇਤਿਹਾਸ ਵਿੱਚ ਪਤਾ ਜਾਂਦਾ ਕਿ ਤਕਰੀਬਨ ਕਈ ਸ਼ਹਿਰਾਂ ਦੇ ਵਿੱਚ ਪਹਿਲਾਂ ਅੰਮ੍ਰਿਤ ਸੰਚਾਰ ਹੋਏ ਹੈ ਸੋ ਉੱਥੇ ਲੈਂਦੇ ਆਏ ਫਿਰ ਆਸਟ੍ਰੇਲੀਆ ਦੇ ਵਿੱਚ ਵੀ ਨਿਊਜ਼ੀਲੈਂਡ ਵੀ ਫਿਰ ਗਏ ਉੱਥੇ ਉਸ ਸਿੰਘਾਂ ਦੇ ਨਾਲ ਹਾਂਜੀ ਫੀਜੀ ਵੀ ਗਏ ਹੈ ਹੁਣ ਯੂਰਪ ਦੇ ਵਿੱਚ ਵੀ ਜਦੋਂ ਪਿਛਲੀ ਵਾਰੀ ਆਏ ਸੀਗੇ ਅਸੀਂ ਪੈਰਿਸ ਵਿੱਚ ਉਹਨਾਂ ਦੀ ਬਰਸੀ ਮਨਾਈ ਗਈ ਸੀਗੀ ਉੱਥੇ ਵੀ ਤਕਰੀਬਨ ਕਾਫੀ ਸਿੰਘਾਂ ਦਾ ਨਾਮ ਬਾਕਵਿਤ ਹੋ ਕੇ ਵਿਚਾਰ ਹੋਈਆਂ ਸੀਗੀਆਂ ਕਿਸ ਤਰ੍ਹਾਂ ਭਾਈ ਸਾਹਿਬ ਦੀ ਪੰਥ ਨੂੰ ਦੇਣ ਵਿੱਚ ਕੀ ਉਹਨਾਂ ਨੇ ਕੀਤਾ ਸੀਗਾ ਸੋ ਇਹ ਉਪਰਾਲਾ ਤਕਰੀਬਨ 2 ਸਾਲਾਂ ਤੋਂ ਹੋ ਰਿਹਾ ਨਾਲੇ ਅਸੀਂ ਕੋਸ਼ਿਸ਼ ਕਰ ਰਹੇ ਕਿ ਇਸ ਸਾਲ ਦੇ ਵਿੱਚ ਐਂਡ ਤੱਕ ਉਹ ਕਿਤਾਬ ਦੇ ਰੂਪ ਦੇ ਵਿੱਚ ਦੋਨੇ ਬਹੁਤ ਪੰਜਾਬੀ ਦੇ ਵਿੱਚ ਨਾਲੇ ਇੰਗਲਿਸ਼ ਵਿੱਚ ਵੀ ਨਾਲੇ ਜਿੱਦਾਂ ਇਲੈਕਟ੍ਰੋਨਿਕ ਵਰਜ਼ਨ ਵੀ ਈ ਬੁੱਕਸ ਵੀ ਤਰ੍ਹਾਂ ਵੀ ਹੋਣੀ ਚਾਹੀਦੀ ਆ ਕਿਉਂਕਿ ਜਿਸ ਤਰ੍ਹਾਂ ਡੈਡੀ ਹੁਣ ਦਾ ਭਾਈ ਸਾਹਿਬ ਦਾ ਪ੍ਰਚਾਰ ਦਾ ਇੱਕ ਨਿਜ਼ਮ ਸੀਗਾ ਉਹ ਨਿਸ਼ਕਾਮ ਤੌਰ 'ਤੇ ਸੀਗਾ ਐਂਡ ਉਹ ਭਾਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਬਾਹਰਲੇ ਦੀ ਪੜ੍ਹਾਈ ਕੀਤੀ ਵੀ ਹੋਵੇ ਹੁਣ ਉਹਨਾਂ ਨੇ ਇੰਗਲੈਂਡ ਵਿੱਚ ਆਪਣੀ ਪੜ੍ਹਾਈ ਕੀਤੀ ਇਹ ਗੱਲ ਬਿਲਕੁਲ ਜਨਮ ਵੈਸੇ ਉਹਨਾਂ ਦਾ ਸੀਗਾ ਪਿੰਡ ਪੁਨੀਆ ਬੰਗਾ ਸ਼ਹਿਰ ਦੇ ਨੇੜੇ ਐਂਡ ਪਹਿਲਾਂ ਕਿੰਨੀ ਉਮਰ ਚ ਇੰਗਲੈਂਡ ਆ ਗਏ ਸੀ 15 ਜਦੋਂ ਪਤਾ ਲੱਗਾ ਜੀ ਕਿੰਨੀ ਕੁ ਉਮਰ ਚ ਆ ਗਏ ਸੀ ਇੰਗਲੈਂਡ ਹਾਂਜੀ ਵੀ ਜੀ ਹੁਣਾਂ ਤੋਂ ਪਤਾ ਲੱਗਾ ਕਿ 8ਵੀਂ ਕਲਾਸ ਚ ਪੜ੍ਹਦੇ ਸੀ ਜਦੋਂ 15-16 ਸਾਲ ਦੀ ਉਮਰ ਚ ਇੱਥੇ ਆ ਗਏ ਹਾਂਜੀ ਫਿਰ ਸਾਰੀ ਪੜ੍ਹਾਈ ਇੱਥੇ ਆ ਕੇ ਕੀਤੀ ਹਾਂਜੀ ਕੀਤੀ ਹਾਂਜੀ ਤੇ ਇੱਥੇ ਆ ਕੇ ਪੜ੍ਹਾਈ ਕੀਤੀ ਹਾਂਜੀ ਉਹਨਾਂ ਨੇ ਪਹਿਲਾਂ ਆਪਣੇ ਡਡਲੀ ਕਾਲਜ ਵਿੱਚ GCSE ਓ ਲੈਵਲ ਪੜ੍ਹੇ ਹਾਂਜੀ ਕੈਮਿਸਟਰੀ ਫਿਜ਼ਿਕਸ ਫਿਰ ਉਹ ਤੋਂ ਬਾਅਦ ਚ ਏ ਲੈਵਲਸ ਫਿਰ HNC ONC ਉਸ ਵੇਲੇ ਉਹ ਸੀਗੇ ਸਰਟੀਫਿਕੇਟ ਜ਼ਿਆਦਾ ਉਹਨਾਂ ਦੀ ਪੜ੍ਹਾਈ ਸੀਗੀ ਜਿਹੜੀ ਮੈਟਲੋਜੀਕਲ ਸਾਇੰਸ ਸੋ ਉਹਨਾਂ ਨੇ ਇੰਜੀਨੀਅਰਿੰਗ ਦੇ ਟੈਕਨੀਸ਼ੀਅਨ ਦੇ ਕੰਮ ਕੀਤਾ ਸੀਗਾ ਇੰਜੀਨੀਅਰ ਟੈਕਨੀਸ਼ੀਅਨ ਦੇ ਤੌਰ ਤੇ ਬਹੁਤ ਵੱਡਾ ਕੰਮ ਹੈ ਮੈਂ ਹਾਂਜੀ ਹਰ ਮਾਪੇ ਚਾਹੁੰਦਾ ਕਿ ਉਹਦਾ ਬੱਚਾ ਇਸ ਖੇਤਰ 'ਚ ਜਾਵੇ ਵਧੀਆ ਕੰਮ ਹਾਂਜੀ ਐਂਡ ਯੂਨੀਵਰਸਿਟੀ ਸ਼ੈਫੀਲਡ ਤੋਂ ਫਿਰ ਉਹਨਾਂ ਨੇ ਆਪਣੇ ਬੈਚਲਰ ਆਫ ਸਾਇੰਸ ਮੈਟਲੋਜੀ ਸਾਇੰਸ ਵਿੱਚ 1987 ਵਿੱਚ ਪ੍ਰਾਪਤ ਫਿਰ ਕਰ ਲਈ ਸੀਗੀ ਤੇ ਗੁਰਸਿੱਖੀ ਵਾਲੇ ਬੰਨੇ ਕਿੱਦਾਂ ਲੱਗੇ ਅੰਮ੍ਰਿਤ ਉਹਨਾਂ ਨੇ ਪਹਿਲਾਂ ਛਕਿਆ ਸੀ ਤੇ ਮੇਰਾ ਤਾਂ ਜਿੱਦਾਂ ਇੰਡੀਆ ਦੀ ਪੜ੍ਹਾਈ ਸੀ ਮੈਨੂੰ ਫਿਰ ਪਹਿਲਾਂ ਫਿਰ ਦੁਬਾਰਾ ਇੱਥੇ ਅੰਮ੍ਰਿਤ ਛਕਾਇਆ ਗਿਆ ਸੀਗਾ ਸਾਊਥ ਹਾਲ ਦੇ ਵਿੱਚ ਤੇ ਸਾਰਾ ਇੰਤਜ਼ਾਮ ਭਾਈ ਪ੍ਰਿਥੀਪਾਲ ਸਿੰਘ ਉਹਨਾਂ ਨੇ ਤੇ ਲਿਸਟ ਵਾਲੇ ਸਿੰਘਾਂ ਨੇ ਕੀਤਾ ਸੀਗਾ ਤੇ 74 'ਚ ਸਾਡੇ ਆਨੰਦ ਕਾਰਜ ਹੋਏ ਸੀਗੇ ਤੇ ਉਦੋਂ ਬਾਅਦ ਫਿਰ ਨਾਲ ਜਥੇ ਦੇ ਨਾਲ ਸੇਵਾ ਕਰਦੇ ਰਹੇ ਸੀਗੇ ਇੱਥੇ ਇੰਗਲੈਂਡ 'ਚ ਠੀਕ ਹਾਂਜੀ ਤੇ ਜਦੋਂ ਸਿੰਘ ਸ਼ਹੀਦ ਹੋਏ ਸੀ 78 ਦੇ ਵਿੱਚ ਉਦੋਂ ਉਹਨਾਂ ਦੇ ਮਨ ਦੇ ਉੱਤੇ ਬਹੁਤ ਅਸਰ ਹੋਇਆ ਸੀਗਾ ਉਦੋਂ ਤੋਂ ਪੂਰਾ ਜਿੱਦਾਂ ਬਾਹਰਲੇ ਕੰਟਰੀਆਂ 'ਚ ਜਾਣ ਲੱਗ ਪਏ ਸੀਗੇ ਤੇ 84 ਤੋਂ ਬਾਅਦ ਤਾਂ ਫਿਰ ਉਹਨਾਂ ਨੌਕਰੀ ਛੱਡ ਦਿੱਤੀ ਸੀਗੀ ਹਾਂਜੀ ਉਦੋਂ ਤੋਂ ਫਿਰ ਦਿਨ ਰਾਤ ਹੀ ਜਿੱਦਾਂ ਪੂਰਾ ਆਪਣੀ ਜਿਹੜੀ ਸਾਰੀ ਲਾਈਫ ਦਾ ਇੱਕ ਇੱਕ ਮਿੰਟ ਸੀਗਾ ਜਿੱਦਾਂ ਇੱਧਰ ਹੀ ਗੁਰਮਤਿ ਪ੍ਰਚਾਰਾਂ 'ਤੇ ਲਾਉਂਦੇ ਸੀਗੇ
ਉਹ ਯੂਰਪ 'ਚ ਜਾ ਕੇ ਵੀ, ਕਿਉਂਕਿ ਜਦੋਂ 1972 'ਚ ਅੰਮ੍ਰਿਤ ਛਕਲਿਆ ਮੈਂ ਜਿੱਦਾਂ, ਕਿਉਂਕਿ ਉਹਨਾਂ ਬਾਰੇ ਮੈਂ ਤੁਸੀਂ ਜਾਣਦੇ ਇਸ ਗੱਲ ਨੂੰ ਕਿ ਸਾਹਿਬ ਮੈਗਜ਼ੀਨ ਦਾ ਆਪਾਂ ਇੱਕ ਅੰਕ ਉਹਨਾਂ ਨੂੰ ਸਮਰਪਿਤ ਕੀਤਾ ਸੀਗਾ, ਅਤੇ ਉਦੋਂ ਮੈਂ ਜਾਣਕਾਰੀ ਉਹਨਾਂ ਦੇ ਜਿਹੜੇ ਨੇੜੇ ਰਹਿ ਤੁਹਾਡੇ ਤੋਂ ਸਾਰੇ ਤੋਂ ਇਕੱਠੀ ਕਰਕੇ ਉਹਦੇ 'ਚ ਇੱਕ ਅੰਕ ਸਮਰਪਿਤ ਕਰ ਲਿਆ, ਤਾਂ ਕਰਕੇ ਮੈਨੂੰ ਪਤਾ 1972 ਤੋਂ ਇੱਕ ਤਰ੍ਹਾਂ ਦੇ ਸਮਰਪਿਤ ਹੋ ਗਿਆ। ਯੂਰਪ 'ਚ ਜਾ ਕੇ ਵੀ ਰਹੇ, ਆਪਣੀ ਇੰਜੀਨੀਅਰ ਦੀ ਨੌਕਰੀ ਇੱਕ ਤਰ੍ਹਾਂ ਦੀ ਛੱਡ ਕੇ ਯੂਰਪ 'ਚ ਜਾ ਕੇ ਸਿੱਖੀ ਦੇ ਪ੍ਰਚਾਰ ਲਈ ਸਮਰਪਿਤ ਹੋ ਜਾਣਾ, ਸਾਲਾਂ ਬੱਧੀ ਰਹਿਣਾ, ਉਹ ਕਿੱਦਾਂ ਸ਼ੁਰੂ ਕੀਤਾ ਸੀ? ਹਾਂਜੀ, ਉਹ ਬਸ ਜਿੱਦਾਂ ਜਦੋਂ 76 ਵਿੱਚ ਸਿੰਘ ਸ਼ਹੀਦ ਹੋਏ ਸੀਗੇ, ਜਿੱਦਾਂ ਇਹਨਾਂ ਨੇ ਉੱਥੇ ਦਾ ਅੰਮ੍ਰਿਤਸਰ ਦਾ ਜਦੋਂ ਸਾਖ ਹੋਇਆ ਸੀਗਾ, ਉਦੋਂ ਬਾਅਦ ਹੀ ਜਿੱਦਾਂ ਘਰ ਵਰ ਤਿਆਗ ਕੇ ਫਿਰ ਹੋਲੈਂਡ ਚਲੇ ਗਏ ਸੀਗੇ। ਉੱਥੇ ਜਿਹੜੇ ਜੋਗੀ ਦੇ ਸਿੰਘ ਸੀਗੇ ਉਹਨਾਂ ਨੇ ਪਹਿਲਾਂ ਆਸ਼ਰਮ ਦੇ ਵਿੱਚ ਪਹਿਲਾ ਪ੍ਰੋਗਰਾਮ ਕੀਤਾ ਸੀ, ਉਦੋਂ ਕੋਈ ਗੁਰਦੁਆਰਾ ਨਹੀਂ ਸੀ। ਫਿਰ ਉਦੋਂ ਅਸੀਂ 80 ਤੋਂ ਲੈ ਕੇ 82 ਤੱਕ 2 ਸਾਲ ਅਸੀਂ ਉੱਥੇ ਰਹੇ ਪੂਰਾ। ਉੱਥੇ ਹੀ ਉਹਨਾਂ ਨੇ ਜਿਹੜੀ ਯੂਰਪ ਦੀ ਸਿੱਖੀ ਆ ਸਾਰੀ ਉੱਥੋਂ ਸੇਵਾ ਕੀਤੀ ਸ਼ੁਰੂ ਕੀਤੀ, ਉੱਥੋਂ ਗੁਰੂ ਮਹਾਰਾਜ ਦੀਆਂ ਬੀੜਾਂ ਕੋਲਨ ਛੱਡੀਆਂ, ਡੈਨਮਾਰਕ ਤੱਕ ਗਏ, ਕਈ ਜਿਹੜੇ ਪਿੱਛੋਂ ਸਿੰਘ ਆਏ ਸੀਗੇ ਉਹਨਾਂ ਦੀ ਸੈਟਲਮੈਂਟ ਦੇ ਵਿੱਚ ਵੀ ਉਹਨਾਂ ਨੇ ਸੇਵਾ, ਗੁਪਤ ਸੇਵਾ ਕੀਤੀ ਹੈਗੀ ਆ। ਕਿਉਂਕਿ ਮੈਨੂੰ ਆਪ ਇੱਕ ਉਹਨਾਂ ਸਫ਼ਰ ਕਰਨ ਦਾ ਯੂਰਪ ਤੱਕ ਮੌਕਾ ਮਿਲਿਆ ਸੀਗਾ। ਬੇਟਾ ਜੀ, ਉਹਨਾਂ ਦੀ ਲਾਈਫ, ਕਿਉਂਕਿ ਤੁਸੀਂ ਬਚਪਨ ਛੋਟੇ ਛੋਟੇ ਹੋ ਗਏ ਜਿਹਨਾਂ ਨਾਲ ਯੂਰਪ ਦੇ ਜਾਂਦੇ ਰਹੇ, ਸਵਿਟਜ਼ਰਲੈਂਡ ਤੱਕ, ਕਾਲਜ ਤਕਰੀਬਨ ਸਾਰਾ ਯੂਰਪ ਘੁੰਮੇ ਹੋਏ ਛੋਟੀ ਉਮਰ। ਡੈਡੀ ਦੀ ਖਾਸ ਖਾਸੀਅਤ ਕੀ ਸੀ? ਸਿੱਖੀ ਪ੍ਰਚਾਰ ਤਾਂ ਹੈ ਸੀ, ਹੋਰ ਜਿਹੜੀ ਤੁਹਾਨੂੰ ਕੋਈ ਉਹਨਾਂ ਦਾ ਬਹੁਤ ਜ਼ਿਆਦਾ ਵਧੀਆ ਗੁਣ ਯਾਦ ਆਉਂਦਾ ਹੋਵੇ? ਡੈਡੀ ਉਹਨਾਂ ਦਾ ਇੱਦਾਂ ਦਾ ਸੁਭਾਅ ਕੀ ਸੀਗਾ, ਬਹੁਤ ਪਿਆਰ ਵਾਲੇ ਸੀਗੇ, ਬਹੁਤ ਉਹਨਾਂ ਦੇ ਸ਼ਾਂਤੀ ਸੀਗੀ। ਐਂਡ ਜਿੱਦਾਂ ਹਰ ਇੱਕ ਬੱਚੇ ਨਾਲ, ਸਿਰਫ ਸਾਡੇ ਨਾਲ ਨਹੀਂ ਜਿੱਦਾਂ ਪਰਿਵਾਰ ਦੇ ਵਿੱਚ ਵੀ ਰਹਿ ਕੇ, ਪਰ ਜਿੱਥੇ ਵੀ ਹੁਣ ਅਸੀਂ ਸਾਡੇ ਬਚਪਨ, ਸਾਡਾ ਬਚਪਨ ਗੁਜ਼ਾਰੇ ਕਿਸੇ, ਹਰੇਕ ਸਕੂਲ ਹੋਲੀਡੇਜ਼ ਅਸੀਂ ਯੂਰਪ ਤੋਂ ਟਰੈਵਲ ਕਰ ਰਹੇ ਸੀਗੇ। ਡੈਡੀ ਹੁਣ ਨੇ ਆਈ ਥਿੰਕ 1987 ਦੇ ਵਿੱਚ ਇੱਕ ਵੈਨ ਖਰੀਦ ਲਈ ਸੀਗੀ, ਜੋ ਕਾਫੀ ਇੱਥੇ ਇਲਾਕੇ 'ਚ, ਹਾਂਜੀ ਚੱਲਦਾ ਵੀਰ, ਗੁਰਬਾਣੀ ਦੀਆਂ ਤੁੱਕਾਂ ਕਾਫੀ ਵੀ ਸੀਗੀਆਂ ਨਾ। ਉਹ ਵੈਨ ਲੈਣ ਦਾ ਕਾਰਨ ਕੀ ਸੀਗਾ ਕਿ ਇੱਥੋਂ ਸਿੰਘ ਨਾਲ ਲੈ ਕੇ ਜਾਣ ਲਈ, ਫਿਰ ਸਿੱਖੀ ਦਾ ਪ੍ਰਚਾਰ ਹੋਵੇ। ਹੁਣ ਮੈਨੂੰ ਯਾਦ ਹੈਗਾ ਕਿ ਇੱਕ ਬਹੁਤ ਕਾਫੀ ਵੱਡਾ ਟੂਰ ਅਸੀਂ ਕੀਤਾ ਸੀਗਾ ਆਈ ਥਿੰਕ 87 ਵਿੱਚ, ਕਿ ਅਸੀਂ ਲੰਡਨ ਡੋਵਰ ਤੋਂ ਅਸੀਂ ਫੈਰੀ ਦੇ ਰਾਹੀਂ 12-13 ਸਿੰਘ ਸੀਗੇ, ਨਾਲ ਅਸੀਂ ਬੱਚੇ ਵੀ ਸੀਗੇ, ਉੱਥੋਂ 9 ਵਜੇ ਤੋਂ ਲੈ ਕੇ ਵੈਨ ਵਿੱਚ ਸਾਰੇ ਇਕੱਠੇ। ਹੁਣ ਮੈਨੂੰ ਯਾਦ ਸੀਗਾ ਅਸੀਂ ਵੈਨ ਵਿੱਚ ਇੰਨੀ ਬਾਣੀ ਪੜ੍ਹਨੀ, ਇਹਨਾਂ 24 ਸਾਹਿਬ ਦੇ ਪਾਠ ਲਗਾਤਾਰ ਚੱਲਦੇ ਸੀਗੇ, ਸੁਖਮਨੀ ਸਾਹਿਬ ਦੇ ਬਾਣੀ ਸਿਮਰਨ ਅਭਿਆਸ ਚੱਲਦਾ ਹੀ ਰਹਿੰਦਾ ਸੀਗਾ। 9 ਵਜੇ ਤੋਂ ਅਸੀਂ ਪਹੁੰਚ ਗਏ ਉੱਥੇ, ਜਿੱਦਾਂ ਗੁਰੂ ਘਰ ਕੀਰਤਨ ਕੀਤਾ, ਪ੍ਰਚਾਰ ਕੀਤਾ, ਫਿਰ 9 ਵਜੇ ਤੋਂ ਲੈ ਕੇ ਟੂਰ ਇੱਦਾਂ ਦਾ ਹੁੰਦਾ ਸੀਗਾ, 9 ਵਜੇ ਤੋਂ ਡਰਾਈਵਿੰਗ, ਡੈਡੀ ਆਪ ਡਰਾਈਵਿੰਗ ਕਰਦੇ ਸੀਗੇ, ਸੋ ਲਗਾਤਾਰ ਡਰਾਈਵਿੰਗ ਕਰਨੀ, ਫਿਰ 9 ਵਜੇ ਤੋਂ ਡਰਾਈਵਿੰਗ ਕਰਨੀ ਸਵੀਡਨ, ਸਵੀਡਨ ਉੱਥੇ ਪ੍ਰੋਗਰਾਮ ਕਰਨਾ ਹਫ਼ਤਾਵਾਰ, ਸਵੀਡਨ ਤੋਂ ਲੈ ਕੇ ਡਰਾਈਵਿੰਗ ਕਰਨੀ ਡੈਨਮਾਰਕ ਤੱਕ, ਡੈਨਮਾਰਕ ਤੋਂ ਫਿਰ ਉੱਥੇ ਹੈਮਬਰਗ, ਹੈਮਬਰਗ ਸਾਡਾ ਫਿਰ ਸਟੋਪ ਹੁੰਦਾ ਸੀਗਾ, ਹੈਮਬਰਗ ਉੱਥੇ ਕੇ ਸਿੰਘਾਂ ਦਾ ਨਾਲ, ਉੱਥੇ ਆਪਣੇ ਪਹਿਲਾਂ ਦੇ ਅਫਗਾਨੀ ਸਿੰਘ ਕਾਫੀ ਸੀਗੇ, ਉਹਨਾਂ ਦਾ ਕਾਫੀ ਸਾਡਾ ਸੰਬੰਧ ਸੀਗਾ, ਨਾਲੇ ਉੱਥੇ ਰਹਿੰਦੇ ਸੀਗੇ। ਹੈਮਬਰਗ ਤੋਂ ਲੈ ਕੇ ਫਿਰ ਟੂਰ ਇੱਦਾਂ ਸੀਗਾ, ਕੋਲਨ ਜਾਣਾ, ਕੋਲਨ ਤੋਂ ਫਿਰ ਹੋਲੈਂਡ, ਐਮਸਟਰਡੈਮ, ਐਮਸਟਰਡੈਮ ਫਿਰ ਪੈਰਿਸ, ਬੈਲਜੀਅਮ, ਪੈਰਿਸ, ਫਿਰ ਇੱਕ ਵਾਰੀ ਮੈਨੂੰ ਯਾਦ ਅਸੀਂ ਬਾਰਸਲੋਨਾ ਤੱਕ ਵੀ ਡਰਾਈਵਿੰਗ ਕੀਤੀ। ਹੁਣ ਤੁਸੀਂ ਸੋਚ ਲਓ ਜੇ ਹੁਣ ਡਰਾਈਵਿੰਗ, ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਦੇਰ ਡਰਾਈਵਿੰਗ ਕਰ ਲਏ ਪਏ। ਹੁਣ ਡੈਡੀ ਉਹਨੇ, ਮੈਨੂੰ ਯਾਦ ਸੀਗਾ ਸਾਡੀਆਂ ਬਾਰੀਆਂ ਪਾਈਆਂ ਹੁੰਦੀਆਂ ਸੀਗੀਆਂ ਨਾਲ ਕੋਲ ਬੈਠਣ ਲਈ, ਕਿ ਡੈਡੀ ਕੋਲ ਬੈਠੇ ਨੇ, 16-16 ਘੰਟੇ ਡਰਾਈਵਿੰਗ ਕਰਨੀ ਲਗਾਤਾਰ ਰਾਤ ਨੂੰ। ਇੱਕ ਤਾਂ ਤੁਸੀਂ ਦਿਨ ਨੂੰ ਪ੍ਰਚਾਰ ਕਰਨਾ, ਤੁਸੀਂ ਗੁਰਮਤਿ ਕਥਾ ਕਰਨੀ, ਕੀਰਤਨ ਕਰਨਾ, ਫਿਰ ਰਾਤ ਨੂੰ ਤੁਸੀਂ ਗੱਡੀ ਚਲਾਉਣੀ, ਹੈ ਨਾ। ਇਹ ਇੱਕ ਯੂਨੀਕ ਉਹਨਾਂ ਦੀ ਕਿਰਪਾ ਸੀਗੀ ਕਿ ਹੋਰ ਪ੍ਰਚਾਰਕਾਂ ਨਾਲੋਂ ਕਿ ਆਪ ਪਰਿਵਾਰ ਸਮੇਤ ਪ੍ਰਚਾਰ ਕੀਤਾ, ਆਪ ਕੋਲੋਂ ਪੈਸੇ ਲਾ ਕੇ ਵੀ ਕੀਤਾ, ਇੱਦਾਂ ਨਹੀਂ ਕਿ ਸੰਗਤਾਂ ਤੋਂ ਪੈਸੇ ਸੀ ਕਦੇ ਲਏ, ਨਿਸ਼ਕਾਮ ਸੇਵਾ ਸੀਗੀ। ਓਕੇ, ਹੁਣ ਘਰ ਬਾਰ ਸਾਰੇ ਤੋਂ ਤਿਆਗ ਕੇ, ਯੂ ਨੋ, ਐਂਡ ਦੂਸਰੀ ਗੱਲ ਆਪ ਡਰਾਈਵਰ ਵੀ ਰਹਿਣਾ। ਹੁਣ ਤਾਂ ਚਲੋ ਜੇ ਤਾਂ ਹੁਣ ਦਾ ਸਮਾਂ ਦੇਖੀਏ, ਪ੍ਰਚਾਰਕਾਂ ਨੂੰ ਤਾਂ ਟਿਕਟਾਂ ਮਿਲ ਜਾਂਦੀਆਂ ਬਿਜ਼ਨਸ ਕਲਾਸ, ਯੂ ਨੋ, ਜਿੱਥੇ ਵੀ ਜਾਓ, ਯੂ ਨੋ, ਹੁਣ ਤਾਂ ਪ੍ਰਬੰਧ ਕਾਫੀ ਡਿਫਰੈਂਟ ਹੈ, ਬਹੁਤ ਜ਼ਿਆਦਾ 20 ਸਾਲ ਪਹਿਲਾਂ ਸਹੂਲਤਾਂ ਵੀ ਬਹੁਤ ਆ, ਪਰ ਆਈ ਥਿੰਕ ਜਿਹੜਾ ਉਹ ਨਿਜ਼ਮ ਜਾਂ ਜਿੱਦਾਂ ਉਹਨਾਂ ਦਾ ਉਹ ਮਾਹੌਲ, ਉਹ ਜਿਹੜੀ ਵਾਤਾਵਰਨ ਸੀਗਾ, ਉਹ ਸੰਗਤਾਂ 'ਤੇ ਬਹੁਤ ਪ੍ਰਭਾਵਿਤ ਪਿਆ। ਹੁਣ ਅਸੀਂ ਸਵੀਰਨ ਜਾ ਕੇ ਆਏ ਸੀਗੇ, ਸਿੰਘਾਂ ਨੇ ਉੱਥੇ ਇੰਟਰਵਿਊ ਸੁਣਾਏ ਸੀਗੇ, ਨੇ ਕਹਿੰਦੇ ਸੀਗੇ ਠੀਕ ਹੈ, ਜਿਹੜਾ ਪ੍ਰਚਾਰਕ ਇੱਕ ਇਕੱਲਾ ਸਿੰਘ ਜਾਂਦਾ,
ਉਹਦਾ ਇੱਕ ਨਿਜ਼ਮ ਇਨਫਲੂਐਂਸ ਹੁੰਦੀ ਹੈ, ਹਾਂਜੀ ਬਟ ਜਿਹੜਾ ਪਰਿਵਾਰ ਸਮੇਤ ਜਾਣਾ, ਬੱਚਿਆਂ ਨਾਲ ਰਹਿਣਾ, ਬੱਚਿਆਂ ਨਾਲ ਵਸਣਾ, ਉਹ ਹੋਰਾਂ ਨੂੰ ਪਰਿਵਾਰਾਂ ਨਾਲ ਬਹੁਤ ਪ੍ਰਭਾਵਿਤ ਮਿਲਦੀ ਹੈ, ਪਰਿਵਾਰ ਨੇੜਤਾ ਮਿਲਦੀ, ਬਿਲਕੁਲ ਕਿਉਂਕਿ ਜੀ, ਬੱਚਿਆਂ ਨੂੰ ਸਿਹਤ ਮਿਲਦੀ ਆ, ਬੀਬੀਆਂ ਨੂੰ ਸਿਹਤ ਮਿਲਦੀ ਆ, ਕਿ ਬਿਲਕੁਲ ਇਹ ਤਾਂ ਸਾਰੇ ਜਿੱਦਾਂ ਸਿੱਖੀ ਸਰੂਪ ਵਿੱਚ ਹੈਗੇ ਆ, ਸੰਗਤਾਂ ਨਾਲ ਆ, ਫਿਰ ਉਹ ਅਸਰ ਫਿਰ ਸੰਗਤ ਨਾਲੇ ਉਸ ਇਲਾਕੇ ਸਿੰਘਾਂ ਦੇ ਪਰਿਵਾਰਾਂ ਦੇ ਵਿੱਚ ਬਹੁਤ ਅਸਰ ਪੈਂਦਾ ਹੈ ਨਾ। ਇਹ ਸੋ ਉਹੀ ਸਾਡਾ ਬਚਪਨ ਇੱਦੀ ਅਸੀਂ ਗੁਜ਼ਾਰਿਆ ਸੀ ਕਿ ਬੜੇ ਇਹਨਾਂ ਖੁਸ਼ ਨਸੀਬ ਅਸੀਂ ਇਹਨਾਂ ਕੀਰਤਨ ਤਬਲਾ ਬਾਣੀ ਸਿਮਰਨ, ਸਾਡਾ ਛੁੱਟੀਆਂ 6 ਹਫ਼ਤੇ ਜਿੰਨੀਆਂ ਹੋਣੀਆਂ ਸੀਗੀਆਂ, ਬਸ ਸਾਨੂੰ ਯਾਦ ਹੈ ਫੈਰੀਆਂ ਦੇ ਵਿੱਚ ਅਸੀਂ ਉੱਥੇ ਵੀ ਨੀਂਦ ਲਾ ਲੈਣੀ, ਮੈਟਰਸ ਅਸੀਂ ਡਾਹ ਲੈਣੇ, ਸਰਾਣੇ ਕੋਲ ਰੱਖ ਲੈਣੇ, ਉੱਥੇ ਸੌਂ ਲੈਣਾ ਅਸੀਂ ਇਹਨਾਂ ਵੈਨਾਂ ਦੇ ਵਿੱਚ, ਕਿ ਨੀਂਦ ਨੂੰ ਇੱਦਾਂ ਕਦੇ ਦੇਖੇ ਨਹੀਂ, ਫਿਰ ਆ ਕੇ ਸਕੂਲ ਦੇ ਫਿਰ ਦੂਸਰੇ ਦਿਨ ਜਾਣਾ ਸੀਗਾ। ਸਰ ਡੈਡੀ ਦਾ ਇਹ ਸੀਗਾ ਕਿ ਜਿੱਦਾਂ ਮੈਂ ਜਿਨ੍ਹਾਂ ਨੇ ਸਿੰਘਾਂ ਨਾਲ ਮੈਂ ਮਿਲੀ ਹਾਂ ਉਹਨਾਂ ਦੇ ਮੈਂ ਉਹਨਾਂ ਤੋਂ ਵਿਚਾਰਾਂ ਕਰ ਰਹੀ ਹਾਂ ਕਿ ਇੱਕ ਸੀਗਾ ਕਿ ਡੈਡੀ ਕਦੇ ਨੇ ਫੋਰਸ ਨਹੀਂ ਕੀਤਾ ਸੀਗਾ, ਹਾਂਜੀ, ਉਹ ਪਿਆਰ ਦੇ ਨਾਲ ਮਿਠਾਸ ਨਾਲ ਸੰਗਤ ਨੂੰ ਗੁਰੂ ਦੇ ਵੱਲ ਲਿਆਉਂਦੇ ਸੀਗੇ, ਕਦੇ ਕਿਸੇ ਧੜਾਬਾਜ਼ੀ, ਕਦੇ ਜਥੇਬੰਦੀ ਦੀ, ਉਹ ਇੱਕ ਗੁਰੂ ਦੀ ਗੱਲ 'ਤੇ ਮੁੱਢ ਤੋਂ ਸੰਗਤ ਨੂੰ ਜੋੜ ਰਹੇ ਸੀਗੇ, ਕਿ ਇੱਦਾਂ ਨਹੀਂ ਕਿਹਾ ਕਿ ਇਹਨਾਂ ਆਹ ਮਰਿਆਦਾ ਆਇਆ ਉਹ ਹੈਗੀ ਹੈ, ਉਹ ਕਹਿੰਦੇ ਸੀਗੇ ਪਹਿਲਾਂ ਤੁਸੀਂ ਗੁਰੂ ਦੀ ਗੱਲ, ਬਿਲਕੁਲ ਗੱਲ ਗੁਰੂ ਦੀ ਕਰੋ ਅਤੇ ਗੁਰੂ ਦੀ ਮਰਿਆਦਾ ਦੀ ਗੱਲ ਕੀਤੀ ਗਈ। ਅਕਾਲ ਤਖ਼ਤ ਸਾਹਿਬ ਨਾਲ ਬਹੁਤ ਜ਼ਿਆਦਾ ਸਮਰਪਿਤ ਸੀ ਉਹ, ਮੈਨੂੰ ਉਹਨਾਂ ਦਾ ਨਿੱਜੀ ਤੌਰ 'ਤੇ ਇਸ ਗੱਲ ਦਾ ਪਤਾ। ਭੈਣ ਜੀ ਕਿੰਨੇ ਕੁ ਦੇਸ਼ਾਂ 'ਚ ਤੁਸੀਂ ਉਹਨਾਂ ਨਾਲ ਘੁੰਮੇ, ਕਿਉਂਕਿ ਉਹ 40 ਦੇਸ਼ਾਂ 'ਚ ਗਿਆ ਪ੍ਰਚਾਰ ਕਰ ਲਈ, ਤਾਂ ਆਪਾਂ ਜਾਣਦੇ ਹਾਂ, ਤੁਸੀਂ ਕਿੰਨੇ ਕਿੱਥੇ ਕਿੱਥੇ ਗਏ, ਕਿਹੜੇ ਸਭ ਤੁਸੀਂ ਜਾਣਾ ਸ਼ੁਰੂ ਕੀਤੇ ਨਾਲ? ਇੰਨਾ ਮੈਨੂੰ ਹੁਣ ਯਾਦ ਨਹੀਂ ਹੈਗਾ, ਪਰ ਕਾਫੀ ਦੇਸ਼ਾਂ 'ਚ, ਫੀਜੀ ਤੱਕ ਮੈਂ ਉਹਨਾਂ ਦੇ ਨਾਲ ਗਈ, ਨਿਊਜ਼ੀਲੈਂਡ, ਫੀਜੀ, ਆਸਟ੍ਰੇਲੀਆ, 4 ਵਾਰੀ ਆਸਟ੍ਰੇਲੀਆ ਗਏ ਜਦੋਂ, ਹਾਂਜੀ, ਅਫਰੀਕਾ 'ਚ ਵੀ ਗਿਆ ਤੁਸੀਂ ਨਾਲ ਕਦੇ? ਨਹੀਂ, ਕੀਨੀਆ 'ਚ ਹੋਰ ਸਿੰਘ ਗਏ ਸੀਗੇ ਨਾਲ, ਉੱਥੇ ਅੰਮ੍ਰਿਤ ਸੰਚਾਰ ਨਹੀਂ ਸੀ ਕੀਤਾ ਕਿਉਂਕਿ ਇੱਕ ਤੇ ਉਦੋਂ ਪ੍ਰਬੰਧ ਕਰਕੇ ਆਏ ਸੀਗੇ, ਸ਼ਾਇਦ ਇੱਕ ਗੁਰਦੁਆਰੇ ਦੀ ਵਾਰਤਾ ਦੱਸਦੇ ਸੀ ਵੀ ਉੱਥੇ ਕਾਲੇ ਸਿੰਘ ਸੇਵਾ ਕਰਦੇ, ਜੰਗਲ 'ਚ ਗੁਰਦੁਆਰਾ ਸਾਹਿਬ ਹੈਗਾ, ਵੀ ਹੁਣ ਸਿੰਘ ਲੈ ਕੇ ਜਾਣੇ, ਉਹਨਾਂ ਨੂੰ ਅੰਮ੍ਰਿਤ ਛਕਾਉਣਾ, ਇਹਨਾਂ ਦੀ ਤ੍ਰਿਸ਼ਨਾ ਸੀਗੀ ਜਿੱਦਾਂ। ਤੇ ਯੂਰਪ ਦੇ ਤਾਂ ਸਾਰੇ ਦੇਸ਼ ਘੁੰਮੇ ਕੋਈ ਦੇਸ਼? ਯੂਰਪ 'ਚ ਤਾਂ ਜਿੰਨੀਆਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਸੀਆਂ, ਕ੍ਰਿਸਮਸ ਦੀਆਂ ਛੁੱਟੀਆਂ, ਵਿਸਾਖੀ ਦੀਆਂ ਛੁੱਟੀਆਂ ਅਤੇ ਗਰਮੀਆਂ ਦੀਆਂ ਛੁੱਟੀਆਂ ਸਾਰੀਆਂ ਹੀ ਬੁੱਕ ਹੁੰਦੀਆਂ ਸੀ ਪਹਿਲਾਂ। ਅਮਰੀਕਾ ਕੈਨੇਡਾ ਵੀ ਗਏ? ਹਾਂਜੀ, ਅਮਰੀਕਾ 'ਚ ਵੀ ਕੈਂਪ ਲਾਏ ਸੀਗੇ ਉਦੋਂ ਉਹਨਾਂ ਦੇ ਨਾਲ, ਜਿਹੜਾ ਪਹਿਲਾ ਕੈਂਪਾਂ ਦੀ ਪਿਰਤਾ ਉਹ ਅਮਰੀਕਾ ਤੋਂ ਲੈ ਕੇ ਆਏ, ਜਿਹੜੀ ਯੂਰਪ 'ਚ ਗੁਰਮਤ ਕੈਂਪਾਂ ਦੀ ਪਿਰਤ ਕਿਤਾਬੀ ਤੁਸੀਂ? ਉਹ ਕੈਨੇਡਾ ਤੋਂ ਲਈ ਸੀ ਜਦੋਂ, ਜਿਹੜਾ ਵੈਨਕੂਵਰ ਸਰੀ ਗੁਰਦੁਆਰਾ ਖਾਲਸਾ ਉੱਥੇ ਗਏ ਸੀਗੇ, ਭਾਈ ਸਾਹਿਬ ਉਹਨਾਂ ਨੇ ਉੱਥੇ ਬੁਲਾਇਆ ਸੀ, ਹਾਂਜੀ, ਉੱਥੋਂ ਉਹ ਫੀਲਿੰਗ ਲੈ ਕੇ ਆਏ ਵੀ ਉਹ ਪਿਰਤ ਜਿਹੜੀ ਉੱਧਰ ਇੰਨੀ ਕਾਮਯਾਬੀ ਨਾਲ ਚੱਲਦੀ ਹੈ, ਪਿਰਤ ਅਸੀਂ ਯੂਰਪ 'ਚ ਪਾਉਣੀ ਹੈਗੀ ਆ, ਅਤੇ ਉਹੀ ਪਿਰਤ ਇੱਥੋਂ ਯੂਰਪ ਤੋਂ ਲੈ ਕੇ ਫਿਰ ਹਰੇਕ ਸਾਲ ਨਨਕਾਣਾ ਸਾਹਿਬ ਜਾਣਾ, ਉੱਥੇ ਨਨਕਾਣਾ ਸਾਹਿਬ ਵੀ ਕੈਂਪ ਲਾਏ ਆ ਜਦੋਂ, ਉੱਥੇ ਬੱਚਿਆਂ ਦੇ, ਹਾਂਜੀ, ਉਹਨਾਂ ਬੱਚਿਆਂ ਦੀ ਬਹੁਤ ਫੀਲਿੰਗ ਹੁੰਦੀ ਸੀ, ਉਹਨਾਂ ਤੋਂ ਪਾਠ ਸੁਣਨਾ, ਉਹਨਾਂ ਨੂੰ ਸੇਵਾ ਦੇਣੀ, ਗਰੀਬ ਜਿਹੜੀਆਂ ਬੀਬੀਆਂ ਹੁੰਦੀਆਂ ਸੀ ਕਿਉਂਕਿ ਉਹਨਾਂ ਦੇ ਜਿਹੜੇ ਮਾਂ ਬਾਪ ਹੁੰਦੇ ਸੀ ਉਹ ਗੱਲਬਾਤ ਨਹੀਂ ਸੀ ਕਰ ਸਕਦੇ ਕਿਉਂਕਿ ਉਹਨਾਂ ਨੂੰ ਪਸ਼ਤੋ ਆਉਂਦੀ ਸੀਗੀ, ਬੱਚਿਆਂ ਨੂੰ ਪੰਜਾਬੀ ਆਉਂਦੀ ਸੀ, ਕਈ ਵਾਰੀ ਉਹਨਾਂ ਦੇ ਮਾਂ ਬਾਪ ਅੱਖਾਂ ਛੰਜੂ ਪਾ ਕੇ ਇੱਦਾਂ ਗੱਲਾਂ ਸਾਨੂੰ ਦੱਸਦੇ ਹੁੰਦੇ ਸੀਗੇ, ਵੀ ਜਿਹੜੇ ਉੱਥੇ ਸਟਾਫ ਵੀ ਸੀਗਾ ਨਨਕਾਣਾ ਸਾਹਿਬ ਦਾ, ਫਿਰ ਉਹਨਾਂ ਦੀ ਵੀ ਗੁਪਤ ਸੇਵਾ ਸਿੰਘਾਂਪੁਰ ਵਾਲੇ ਸਿੰਘਾਂ ਦੇ ਨਾਲ ਰਲ ਕੇ ਭੇਜਦੇ ਹੁੰਦੇ ਸੀਗੇ, ਕੁਛ ਆਪ ਕਰਕੇ ਆਉਂਦੇ ਹੁੰਦੇ ਸੀਗੇ। ਜਿੱਦਾਂ ਅਸੀਂ ਇੱਕ ਇੱਥੇ ਆਪਣੇ ਰੋਟੀ ਰੋਜੀ ਦੇ ਲਈ ਡੈਨਮਾਰਕ 'ਚ ਇੱਕ ਦੁਕਾਨ ਵੀ ਲਈ ਸੀਗੀ, ਅਤੇ ਉੱਥੇ ਅਸੀਂ ਕੱਪੜਾ ਵੀ ਲੈ ਕੇ ਜਾਂਦੇ ਹੁੰਦੇ ਸੀਗੇ, ਕਈ ਵਾਰੀ ਕੱਪੜਾ ਸਾਡੀ ਗੱਡੀ 'ਚ ਵੀ ਹੁੰਦਾ ਸੀਗਾ, ਅਤੇ ਉਸ ਕੰਮ ਬਾਰੇ ਸਾਨੂੰ ਕਈ ਕੁਛ ਸੁਣਨਾ ਵੀ ਪਿਆ ਗੁਰੂ ਘਰਾਂ ਤੋਂ ਜਾਂ ਸੇਵਾਦਾਰਾਂ ਤੋਂ, ਪਰ ਉਹ ਡਰਦੇ ਨਹੀਂ ਸੀ ਹੁੰਦੇ, ਕਹਿੰਦੇ ਸੀ ਮਹਾਰਾਜ ਨੇ ਸਾਨੂੰ ਕਿਹਾ ਕਿਰਤ ਕਰਨ ਵਾਸਤੇ ਅਸੀਂ ਕਰ ਸਕਦੇ ਹੈਗੇ ਹਾਂ, ਅਤੇ ਕਈ ਵਾਰੀ ਬਾਰਡਰ ਦੇ ਉੱਤੇ ਸਾਡਾ ਸਮਾਨ ਰੋਕ ਲੈਂਦੇ ਹੁੰਦੇ ਸੀ ਵਾਹਗਾ ਬਾਰਡਰ 'ਤੇ, ਸਾਡੀਆਂ ਵੀਡੀਓ ਟੇਪਾਂ, ਆਡੀਓ ਟੇਪਾਂ, ਅਤੇ ਗੁਟਕਾ ਸਾਹਿਬ ਪਹਿਲਾਂ ਜਿਹੜੇ ਅਸੀਂ ਲੈ ਕੇ ਜਾਂਦੇ ਸੀ ਉਰਦੂ 'ਚ, ਉਹ ਸਾਰਾ ਸਮਾਨ ਰਖਾ ਲੈਣਾ, ਸਾਰੇ ਲੋਕਾਂ ਨੇ ਲੰਘ ਜਾਣਾ, ਅਸੀਂ ਬੈਠੇ ਰਹਿਣਾ, ਕਈ ਵਾਰੀ ਫੀਲਿੰਗ ਆਉਣਾ ਕਾਫੀ ਕਾਫੀ ਹਜ਼ਾਰ ਅਸੀਂ ਉੱਥੇ ਟੈਕਸ ਭਰਦੇ ਰਹੇ ਹਾਂ, ਪਰ ਉਹਨਾਂ ਦੀ ਇੱਛਾ ਹੁੰਦੀ ਸੀ ਵੀ ਇਹ ਲੈ ਕੇ ਜਾਣਾ ਹੀ ਜਾਣਾ ਗੁਰੂ ਕੀ ਨਗਰੀ 'ਚ, ਪੰਜਾਬ ਤੋਂ ਪਾਕਿਸਤਾਨ ਤੋਂ, ਪੰਜਾਬ ਤੋਂ, ਆਪਣੇ ਪੰਜਾਬ ਤੋਂ ਪਾਕਿਸਤਾਨ, ਸਾਡੇ ਪੰਜਾਬ ਲਈ ਇਹੀ ਕਸਟਮਰ ਲੱਗਦੇ ਸੀ, ਹਾਂਜੀ, ਨਹੀਂ ਇਹ ਲੰਘ ਲੈਣ ਦਿੰਦੇ ਸੀ, ਪਾਕਿਸਤਾਨ ਵਾਲਿਆਂ ਨੇ ਬਹੁਤ ਕਸਟਮ ਲਾਈ, ਮੇਰੇ ਕੋਲ ਕਾਫੀ ਰਸੀਦਾਂ ਆ, 20,000 ਤੱਕ ਵੀ ਅਸੀਂ ਕਸਟਮ ਭਰੀ ਉੱਥੇ, ਉਹ ਕਹਿੰਦੇ ਹੁੰਦੇ ਸੀ ਤੁਸੀਂ ਇੰਨੇ ਇੰਨੇ ਇੱਕ ਇੱਕ ਟੇਪ ਦੇ ਇੰਚ ਇੰਚ ਦੇ ਹਿਸਾਬ ਨਾਲ ਉਹਨਾਂ ਨੇ ਕਸਟਮ ਲਾਉਣੀ ਹੁੰਦੀ ਸੀਗੀ, ਕਹਿੰਦੇ ਸੀ ਕੋਈ ਨਹੀਂ ਲਾ ਲਓ ਤੁਸੀਂ ਆਪਣੇ, ਪਰ ਉਹਨਾਂ ਨੂੰ ਖਤਰਾ ਹੁੰਦਾ ਸੀ ਇਹਦੇ ਵਿੱਚ ਕੋਈ ਐਸੀ ਚੀਜ਼ ਭੜਕਾਊ ਨਾ ਹੋਵੇ ਤਾਂ ਕਿ ਉੱਥੇ ਜਾ ਕੇ ਹਾਲਾਤ ਨਾ ਬਦਲ ਜਾਣ, ਜਿੱਦਾਂ ਸਿਰਫ ਡਾਊਟ ਹੁੰਦਾ ਸੀਗਾ, ਅਤੇ ਪਰ ਕਦੀ ਰੁਕੀ ਨਾ ਸੀ ਚੀਜ਼ਾਂ, ਅਸੀਂ ਸਾਰੀਆਂ ਲੈ ਜਾਂਦੇ ਹੁੰਦੇ ਸੀਗੇ, ਫਿਰ ਤਾਂ ਹੌਲੀ ਹੌਲੀ ਕਾਫੀ ਸਿੰਘ ਜਾਣ ਲੱਗ ਪਏ, ਜਿੱਦਾਂ ਪਹਿਲੀਆਂ 'ਚ ਕਾਫੀ ਮੁਸ਼ਕਲਾਂ ਹੁੰਦੀਆਂ ਸੀ, 10 ਸਾਲ ਡੈਡੀ ਹੁਣੀ ਲਗਾਤਾਰ ਨਨਕਾਣਾ ਸਾਹਿਬ ਜਾਂਦੇ ਰਹੇ, ਕਿਉਂਕਿ ਉਹਨਾਂ ਦੇ ਮਨ ਦੀ ਇੱਛਾ ਬਹੁਤ ਸੀਗੀ ਕਿ ਉੱਥੇ ਜਾ ਕੇ ਜਿਹੜੀ ਅਸਲੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਹੈਗੀ ਆ, ਨਾਲ ਉਹਨਾਂ ਨੂੰ ਇੱਕ ਉੱਥੇ ਦੇ ਸੰਗਤਾਂ ਨੂੰ
ਇਹ ਸਾਧਨ ਨਹੀਂ ਮਿਲ ਰਿਹਾ ਸੀਗਾ ਕਿ ਜੀ ਪ੍ਰਚਾਰ ਦਾ, ਜੇ ਜੀ ਭਾਵੇਂ ਉਹ SGPC ਜਾਂਦੇ ਵੀ ਸੀਗੇ, ਗੁਰਪੁਰਬ ਮਨਾਉਂਦੇ ਸੀਗੇ, ਉਹ ਥੋੜ੍ਹੀ ਦੇਰ ਲਈ ਜਾਂਦੇ ਸੀਗੇ, ਉਹ ਬਿਲਕੁਲ ਸੰਗਤ ਵਿੱਚ ਬੈਠ ਕੇ ਵਿਚਰ ਕੇ ਉਹਨਾਂ ਨਾਲ ਸਾਂਝ ਪਾਉਣੀ, ਉਹਨਾਂ ਦੇ ਨਾਲ ਬੈਠ ਕੇ ਰੋਟੀ ਪਾਣੀ ਤੇ ਜਾਂ ਬਹੁਤ ਜਸਾਂ ਦਾ ਮਕਸਦ ਤਾਂ ਹੁੰਦਾ ਦਰਸ਼ਨ ਕਰਨ ਜਾਣਾ, ਹੁੰਦਾ ਹਾਂ ਪ੍ਰਚਾਰ ਕਰਨ ਜਾਣਾ, ਉਹਦਾ ਮਕਸਦ ਨਹੀਂ ਹੁੰਦਾ ਨਹੀਂ। ਸੋ ਯੈ ਪ੍ਰਚਾਰ ਕਰਨ ਲਈ ਚੇਚੇ ਤੌਰ ਤੇ ਜਾਣਾ ਯੈ ਇਹ ਭਾਈ ਸਾਹਿਬ ਜੀ ਦੱਸਣਾ ਸ਼ੁਰੂ ਕੀਤਾ ਹੈ। ਨਾਲੇ ਉੱਥੇ ਨਾ ਜਿੱਦਾਂ ਫੋਟੋਆਂ ਇਹਨਾਂ ਨੇ, ਮੰਮੀ ਹੁਣੀ ਦੱਸੇ ਸੀਗੇ, ਗੁਰੂ ਨਾਨਕ ਸਿੱਖ ਮੋਡਲ ਸਕੂਲ ਸ਼ੁਰੂ ਕੀਤਾ ਸੀਗਾ, ਜੀ ਬਿਲਕੁਲ ਹਾਂ, ਯੈ ਪੱਟੀ ਸਾਹਿਬ ਗੁਰਦੁਆਰਾ ਸਾਹਿਬ ਪੱਟੀ ਤੋਂ ਸਾਹਿਬ ਜਿੱਦਾਂ ਜੀ ਅੱਛਾ ਫੋਟੋਆਂ ਉੱਥੇ ਯੈ ਉਦੋਂ ਥੋੜ੍ਹੇ ਬੱਚੇ ਹੁੰਦੇ ਸੀ, 20 ਸੀਗੇ, ਹਾਂਜੀ ਉਹ ਕਹਿੰਦੇ ਸੀ ਅਸੀਂ ਟੀਚਰ ਨਹੀਂ ਅਫੋਰਡ ਕਰ ਸਕਦੇ, ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ, ਉਹਨਾਂ ਨੇ ਇਹ ਕਿਹਾ ਵੀ ਇਹ ਮੁਸ਼ਕਲਾਂ ਰਹਿਣ ਦਿਓ, ਇਹ ਤੁਹਾਡੀਆਂ ਅਸੀਂ ਹੱਲ ਕਰ ਸਕਦੇ ਹਾਂ, ਹਾਂਜੀ ਪਰਦੇਸੀ ਵੀਰ ਸਾਰੇ ਸੇਵਾ ਕਰਨ ਨੂੰ ਤਿਆਰ ਹੈਗੇ ਆ, ਅਤੇ ਤੁਸੀਂ ਔਰਗੇਨਾਈਜ਼ ਹੋਵੋ ਇੱਕ ਚੰਗੇ ਤਰੀਕੇ ਦੇ ਨਾਲ, ਠੀਕ ਵੀ ਜਿਹੜਾ ਇਹ ਪੱਟੀ ਸਾਹਿਬ ਗੁਰਦੁਆਰੇ ਦਾ ਸਕੂਲ ਹੈਗਾ, ਇਹ ਇੱਕ ਦਿਨ ਯੂਨੀਵਰਸਿਟੀ ਬਣਨੀ ਚਾਹੀਦੀ ਆ। ਪਰ ਮੇਰਾ ਖਿਆਲ ਮੈਨੂੰ ਹੈਰਾਨੀ ਦੀ ਗੱਲ ਹੈ ਵੀ ਉਹ ਪ੍ਰੋਜੈਕਟ ਅੱਜ ਪੂਰਾ ਹੋ ਰਿਹਾ ਜਿੱਦਾਂ, ਬਿਲਕੁਲ ਬਿਲਕੁਲ, ਹੁਣ ਤਾਂ ਜਿਹੜਾ ਕੰਮ ਉਹ ਬੜਾ ਔਖਾ ਉਦੋਂ ਲੱਗਦਾ ਸੀ, ਹੁਣ ਤਾਂ ਪਾਕਿਸਤਾਨ ਸਰਕਾਰ ਵੀ ਉਹਦੇ ਨਾਲ ਉਹ ਖੜੀ ਮੰਨ ਹੋ ਗਏ ਕੇ ਹੈਗੇ ਆ, ਖੜੀ ਹੋਈ ਹੈ ਪੂਰੀ ਤਰ੍ਹਾਂ ਵੀ ਉਹਨਾਂ ਨੇ ਐਲਾਨ ਵੀ ਕਰ ਦਿੱਤਾ ਗਿਆ। ਹਾਂਜੀ ਇਦਾਂ ਔਰ ਹੀ ਮੈਂ ਸੰਗਤਾਂ ਨਾਲ ਪਿੱਛੇ ਗੱਲ ਕਰਦਾ ਜਿਵੇਂ ਪੱਟੀ ਸਾਹਿਬ ਉਹ ਗੁਰਦੁਆਰਾ ਜਿੱਥੇ ਗੁਰੂ ਨਾਨਕ ਸਾਹਿਬ ਪੜ੍ਹਨ ਨੂੰ ਗਏ ਸਨ, ਔਰ ਇੱਕ ਤਰ੍ਹਾਂ ਭਾਈ ਸਾਹਿਬ ਦੀ ਖਾਹਿਸ਼ ਸੀਗੀ ਕਿ ਜਿੱਥੇ ਗੁਰੂ ਨਾਨਕ ਸਾਹਿਬ ਪੜ੍ਹਨ ਗਏ ਨੇ, ਜਿੱਥੇ ਗੁਰੂ ਨਾਨਕ ਸਾਹਿਬ ਜਾ ਕੇ ਪੰਥ ਨੂੰ ਪੜਾਇਆ ਸੀ, ਜਿੱਥੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਪੱਟੀ ਲਈ ਸੀ, ਗੁਰੂ ਗ੍ਰੰਥ ਸਾਹਿਬ ਬਾਣੀ ਦਰਜ ਹੈ, ਉੱਥੇ ਇੱਕ ਸਕੂਲ ਖੋਲਿਆ ਜਾਵੇ। ਸੋ ਉਹਨਾਂ ਨੇ ਸਕੂਲ ਸ਼ੁਰੂ ਕੀਤਾ, ਪਰ ਨਾਲ ਨਾਲ ਉਹਨਾਂ ਦੀ ਮਨ ਦੀ ਮਨਸ਼ਾ ਸੀ ਕਿ ਜਿੱਥੇ ਗੁਰੂ ਨਾਨਕ ਸਾਹਿਬ ਪੜ੍ਹਨ ਗਏ ਸਨ, ਜਿੱਥੇ ਗੁਰੂ ਨਾਨਕ ਸਾਹਿਬ ਜਾ ਕੇ ਪੰਥ ਨੂੰ ਪੜਾਇਆ, ਉਸ ਥਾਂ ਤੋਂ ਦੁਨੀਆ ਨੂੰ ਸਿੱਖਿਆ ਵੀ ਪੜਾਉਣੀ ਚਾਹੀਦੀ ਹੈ, ਗੁਰੂ ਨਾਨਕ ਸਾਹਿਬ ਦੀ ਸਿੱਖਿਆ ਸੋ ਗੁਰੂ ਨਾਨਕ ਦੇਵ ਦੀ ਯੂਨੀਵਰਸਿਟੀ ਹੋਣੀ ਚਾਹੀਦੀ ਹੈ। ਸੋ ਭਾਈ ਸਾਹਿਬ ਦੇ ਉਹ ਆਖੇ ਬਚਨ ਜਿਹੜੇ ਉਹਨਾਂ ਨੇ ਵਰਿਆ ਪਹਿਲਾਂ ਆਖੇ ਸੀ, ਉਹ ਹੁਣ ਸੱਚ ਹੋਣ ਨੂੰ ਜਾ ਰਹੇ ਨੇ। ਹਾਂਜੀ ਇਸੇ ਤਰ੍ਹਾਂ ਇਟਲੀ ਦੀ ਗੱਲ ਹੈਗੀ ਆ, ਅਸੀਂ ਕਈ ਵਾਰੀ ਜਦੋਂ ਟਨਲਾਂ 'ਚ ਰਾਤ ਨੂੰ ਇਕੱਲੇ ਜਾਂਦੇ ਹੁੰਦੇ ਸੀ, ਕਈ ਵਾਰੀ ਸਾਡਾ ਦਿਲ ਡੋਲ ਜਾਣਾ, ਤੇ ਅਸੀਂ ਕਹਿਣਾ ਰਾਤ ਨੂੰ ਦੇਖੋ ਸਾਡੇ ਨਾਲ ਕੋਈ ਨਹੀਂ, ਉਹਨੇ ਇਹੀ ਕਹਿਣਾ ਗੁਰੂ ਜੀ ਅੰਗ ਸੰਗ ਵਾ, ਤੁਹਾਨੂੰ ਕਿਸੇ ਗੱਲ ਦੀ ਫਿਕਰ ਨਹੀਂ ਚਾਹੀਦੀ, ਗੁਰੂ ਮਹਾਰਾਜ ਨੂੰ ਅੰਗ ਸੰਗ ਸਮਝੋ। ਕਈ ਵਾਰੀ ਇੱਕ ਵਾਰੀ ਟਨਲ 'ਚ ਗੋਲੀ ਵੀ ਚੱਲ ਗਈ, ਤੇ ਉਹ ਗੋਲੀ ਚੱਲਣ ਵਾਲੇ ਉਹ ਕੋਈ ਪਿੱਛੋਂ ਸਵਾਰੀਆਂ ਆਈਆਂ ਸੀ, ਕਿਸੇ ਨੇ ਗਲਤ ਕੰਮ ਕੀਤਾ ਸੀਗਾ, ਤੇ ਸਾਡੀ ਗੱਡੀ ਸਾਈਡ 'ਤੇ ਖੜੀ, ਉਹਨਾਂ ਨੇ ਦੇਖਿਆ ਵੀ ਨਹੀਂ ਗੱਡੀ ਤੱਕ, ਤੇ ਅਸੀਂ ਬੜਾ ਸੋਹਣਾ ਆਪਣਾ ਸਫ਼ਰ ਕਰਕੇ ਐਨ ਪਹੁੰਚ ਜਾਂਦੇ ਹੁੰਦੇ ਸੀਗੇ। ਅਤੇ ਇਟਲੀ ਦੇ ਵਿੱਚ ਕਈ ਵਾਰੀ ਪਹਿਲੀਆਂ ਵਿੱਚ ਰੈਜੋ ਮਿਲਿਆ ਗੁਰਦੁਆਰੇ 'ਚ, 5 ਸਿੰਘ ਵੀ ਨਹੀਂ ਹੁੰਦੇ ਸੀ ਵਿਸਾਖੀ ਦੀ ਉੱਥੇ ਬਿਲਕੁਲ ਅਖੰਡ ਪਾਠ ਵਾਸਤੇ। ਦੇਖਦੇ ਸੀ ਸਾਰੀ ਬੱਸੋਂ ਹਾਂਜੀ, ਕਈ ਵਾਰੀ ਤਾਂ ਸਾਨੂੰ ਨਾਲ ਉਹਨਾਂ ਦੇ ਸੇਵਾ ਕਰਨੀ ਪੈਂਦੀ ਸੀ, ਜਿੱਦਾਂ ਪਾਠੀ ਸਿੰਘਾਂ ਦੇ ਵੀ, ਅਤੇ ਅੱਜ ਦੇਖੋ ਮੰਮੀ ਗੁਰੂ ਨੇ ਮਹਾਰਾਜ ਆਪ ਜੀ ਵੀ ਵਿੱਚ ਲਈ ਸੀਗੀ ਸੇਵਾ, ਹਾਂਜੀ ਕਿੰਨੀ ਕਿਰਪਾ ਆ। ਅਤੇ ਕਈ ਵਾਰੀ ਅਸੀਂ ਕਹਿਣਾ ਵੀ ਕਿਉਂ ਇੰਨੀ ਮੁਸ਼ਕਲਾਂ ਕਿਉਂ ਚੱਲਦੇ ਹਾਂ, ਉਹਨਾਂ ਦੀ ਉਹੀ ਸੀਗਾ, ਕਹਿੰਦੇ ਦੇਖਿਓ ਜਦੋਂ ਪੰਜਾਬ ਦੇ ਵਿੱਚ ਸਿੰਘਾਂ ਨੇ ਬਾਹਰ ਆਉਣਾ, ਜਦੋਂ ਪੰਜਾਬ 'ਚ ਮੁਸ਼ਕਲਾਂ ਆਉਣੀਆਂ, ਉਦੋਂ ਉਹਨਾਂ ਸਰਦਾਰਾਂ ਨੇ ਬਾਹਰ ਆਉਣਾ, ਜੇ ਬਾਹਰ ਇਹਨਾਂ ਦੇ ਕੋਲ ਗੁਰਸਿੱਖ ਹੋਗੇ, ਗੁਰਸਿੱਖ ਉਹਨਾਂ ਨੂੰ ਸੰਭਾਲੋਗੇ, ਤਾਂ ਦੇਖੋ ਇੱਥੇ ਸਿੱਖੀ ਦੀ ਫਲਵਾੜੀ ਕਿੰਨੀ ਖੜਨੀ ਆ, ਇੱਥੇ ਵੱਡੇ ਵੱਡੇ ਪਲੇਟਫਾਰਮ ਬਣਨੇ ਆ। ਸਾਡੇ ਇੰਗਲੈਂਡ ਦੇ ਵਿੱਚ ਜਦੋਂ ਪੰਜਾਬ ਤੋਂ ਸਿੰਘ ਆਏ ਸੀਗੇ, ਇੱਥੇ ਮੋਨੇ ਸੀ, ਹਰ ਇੱਕ ਬੰਦਾ ਉਹਨੂੰ ਨਾਈ ਦੀ ਦੁਕਾਨ 'ਤੇ ਲੈ ਜਾਂਦਾ ਸੀ, ਤੈਨੂੰ ਕੰਮ ਨਹੀਂ ਮਿਲਣਾ। ਸਾਡੀਆਂ 2 ਪੀੜ੍ਹੀਆਂ ਖਤਮ ਹੋ ਗਈਆਂ ਇੰਗਲੈਂਡ ਦੇ ਵਿੱਚ, ਮੈਂ ਨਹੀਂ ਚਾਹੁੰਦਾ ਯੂਰਪ ਦੇ ਵਿੱਚ ਇਹ ਚੀਜ਼ਾਂ ਹੋਣ। ਸੋ ਅੱਜ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਬੋਲੋ ਉਹਨਾਂ ਦਿਨਾਂ 'ਚ ਕਹਿੰਦੇ ਹੁੰਦੇ ਸੀਗੇ, ਦੇਖ ਕੇ ਬੜੀ ਖੁਸ਼ੀ ਹੁੰਦੀ ਗੁਰਸਿੱਖਾਂ ਨੂੰ, ਫਿਰ ਗੁਰੂ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈਗੀ, ਜਿਹੜੀ ਸੇਵਾ ਸੀ ਉਹ ਜਾਂ ਹੀ ਨਹੀਂ ਗਈ ਹੈਗੀ, ਗੁਰੂ ਮਹਾਰਾਜ ਨੇ ਬਹੁਤ ਰੰਗ ਲਿਆਂਦਾ ਹੈਗਾ। ਹੁਣ ਆਸਟ੍ਰੇਲੀਆ ਦੇ ਵਿੱਚ ਵੀ ਇਸ ਤਰ੍ਹਾਂ ਹੀ ਗੱਲ ਹੋਈ ਹੈ। ਆਸਟ੍ਰੇਲੀਆ ਦੇ ਵਿੱਚ ਡੈਡੀ ਹੁਣੇ ਪਹਿਲਾਂ 11 ਸਿੰਘਾਂ ਦਾ ਜੱਥਾ ਲੈ ਕੇ ਗਏ, ਕਿਉਂਕਿ ਉਹ 11 ਸਿੰਘਾਂ ਲੈਣ ਦਾ ਜੱਥਾ ਇੱਕ ਮਕਸਦ ਸੀਗਾ, ਕਿਉਂਕਿ ਇੱਕ ਜੇ ਅੰਮ੍ਰਿਤ ਸੰਚਾਰ ਵੀ ਕਰਨਾ, ਤੁਹਾਡੇ ਤਕਰੀਬਨ 7 ਸਿੰਘ ਤਾਂ ਜ਼ਰੂਰੀ ਚਾਹੀਦੇ ਸੀਗੇ। ਉਸ ਜੱਥੇ ਦੇ ਵਿੱਚ ਵੀ ਜਿੱਦਾਂ ਆਪਣੇ ਜਿੰਨੇ ਵੀ ਨਾਮ ਅਭਿਆਸੀ ਐਨ ਰਹਿਤਵਾਨ ਸਿੰਘ ਵੀ ਸੀਗੇ, ਭਾਈ ਰਾਮਾ ਸਿੰਘ ਜਿਹੜੇ ਪੂਰੇ ਹੋ ਗਏ ਆ, ਭਾਈ ਪ੍ਰਿਥੀਪਾਲ ਸਿੰਘ, ਇਹ ਨਾ ਉਹਦੇ ਵਿੱਚ ਇੱਕ ਗੋਰੀ ਇੱਕ ਬੀਬੀ ਵੀ ਸੀਗੀ, ਇੱਦਾਂ ਵੀ ਨਹੀਂ ਕੋਈ ਫਰਕ ਕੀਤਾ ਸੀਗਾ ਨਾ, ਕਿਉਂਕਿ ਉਹ ਨਾਲ ਜਾਣਾ ਚਾਹੁੰਦੇ ਸੀ। ਹਾਂਜੀ ਉਹ ਉਸ ਜਿੰਨੇ ਵੀ ਮੈਂ ਪੁਰਾਣੇ ਨੂੰ ਮਿਲਿਆ ਕਿ ਉਹ ਕਹਿੰਦੇ ਉਸ ਉਹ ਜਿਹੜਾ ਜਥੇ ਦਾ ਨਾਲ ਉਹ ਪਹਿਲਾ ਪ੍ਰਚਾਰ ਦਾ ਵਰਲਡ ਟੂਰ ਜਿਹੜਾ ਹੋਇਆ ਸੀਗਾ ਨਾ 1986 ਵਿੱਚ ਨਾ, ਜਿੱਦਾਂ ਪਹਿਲਾਂ ਤਾਂ ਸਿੰਗਾਪੁਰ ਗਏ, ਸਿੰਗਾਪੁਰ ਵੀ ਉੱਥੇ 40 ਪੁਰਾਣੇ ਕਈ ਅੰਮ੍ਰਿਤ ਸੰਚਾਰ ਹੋਏ, ਸਿਰਫ ਇੱਦਾਂ ਜਿਨ੍ਹਾਂ ਦੇ ਕੀਰਤਨ ਹਫ਼ਤਾ ਸੁਣ ਕੇ ਬਹੁਤ ਨੌਜਵਾਨਾਂ ਦਾ ਮਨ ਇਸ ਤਰ੍ਹਾਂ ਲੱਗਿਆ ਕਿ ਪਤਾ ਨਹੀਂ ਹੁਣ ਸਾਡਾ ਮਨ ਬਣਦਾ ਅੰਮ੍ਰਿਤ ਛਕਣ ਲਈ। ਹੁਣ ਜਦੋਂ ਆਸਟ੍ਰੇਲੀਆ ਵੀ ਆਏ, ਸਿਡਨੀ ਪਹਿਲਾਂ ਗੁਰੂ ਘਰ 3 ਥਾਂ 'ਤੇ ਅੰਮ੍ਰਿਤ ਸੰਚਾਰ ਹੋ ਗਏ ਸੀਗੇ, ਸਿਡਨੀ ਬ੍ਰਿਸਬੇਨ ਗੁਲਗੁਲਗਤ ਵਿੱਚ ਹੋਇਆ, ਨਾਲੇ ਰਿਵਰਲੈਂਡ ਵਿੱਚ। ਹੁਣ ਜਿਨ੍ਹਾਂ ਨੇ ਪੁਰਾਣੇ ਨਾਲ ਉਹ ਵਿਚਾਰਾਂ ਹੋਈਆਂ, ਉਹ ਕਹਿੰਦੇ ਸੀਗੇ ਇੱਦਾਂ ਦਾ ਜਿਹਾ ਮਾਹੌਲ ਹੋ ਗਿਆ ਸੀਗਾ ਕਿ ਤੁਹਾਡੀ ਬਿਲਕੁਲ ਮਨ ਚੇਂਜ ਹੋ ਗਿਆ ਸੀਗਾ, ਅਤੇ ਇੰਨਾ ਦਾ ਸ਼ਾਂਤਮਈ ਕੀਰਤਨ ਹੈ ਕਿ ਪਤਾ ਨਹੀਂ ਕਿੱਦਾਂ ਦੇ ਦੇਵਤੇ ਦੇ ਰੂਪ ਦੇ ਵਿੱਚ ਆਇਓ, ਇੱਦਾਂ ਦੀ ਸ਼ਾਂਤੀ ਸੰਗਤ ਵਿੱਚ ਜਿੱਦਾਂ ਇੰਨਾ ਦਾ ਮਾਹੌਲ ਬਣਿਆ ਸੀਗਾ।
ਉਹ ਜਥੇ ਦਾ ਰੂਪ ਵੀ, ਬਾਣਾ ਵੀ, ਡੈਡੀ ਹੁਣ ਦਾ ਦਾੜਾ ਵੀ ਬਹੁਤ ਲੰਬਾ ਕੋਈ ਸੀਗਾ। ਸ਼ੱਕ ਨਹੀਂ ਉਹਨਾਂ ਦਾ ਇੱਕ ਦਰਸ਼ਨੀ ਰੂਪ ਜਿਹੜਾ ਸੀ ਭਾਈ ਸਾਹਿਬ, ਭਾਈ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹਨੂੰ ਅੱਜ ਵੀ ਯਾਦ ਹੋਊਗਾ ਕਿ ਉਹਨਾਂ ਦਾ ਜਿਹੜਾ ਪ੍ਰਕਾਸ਼ ਕੀਤਾ ਹੋਇਆ ਦਾੜਾ ਗੋਡਿਆਂ ਤੱਕ ਬਹੁਤ ਚਲੇ ਜਾਂਦਾ ਸੀ, ਔਰ ਉਹਨਾਂ ਦੇ ਜਿਹੜੇ ਦਰਸ਼ਨ ਕਰਨੇ ਹੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੋਇਆ ਕਰਦੀ ਹੈ। ਇੰਨੀ ਸ਼ਾਂਤੀ, ਇੰਨੀ 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 ਇੱਕ ਤਰ੍ਹਾਂ ਸਕੂਨ ਮਿਲਦਾ ਸੀ ਦਿਲ ਨੂੰ ਦਰਸ਼ਨ ਕੀਤੇ। ਗੁਰਸਿੱਖ ਦੇ ਦਰਸ਼ਨ ਬਿਲਕੁਲ ਉੱਦਾਂ ਦੇ ਹੀ ਹੋਣੇ ਚਾਹੀਦੇ ਨੇ, ਜੀ ਕਰਦਾ ਸੀ ਦੇਖੀ ਜਾਓ ਦੇਖੀ ਜਾਓ, ਅਤੇ ਫਿਰ ਜਦੋਂ ਬੋਲਦੀ ਸੀ ਜੀ ਕਰਦਾ ਸੀ ਉਹਨੂੰ ਸੁਣੀ ਜਾਓ, ਬੇਸ਼ੱਕ ਉਹ ਕੀਰਤਨ ਕਰਦੇ ਹੋਣ, ਬੇਸ਼ੱਕ ਕੋਈ ਕਥਾ ਵਾਰਤਾ ਕਰਦੇ ਹੋਣ, ਅਤੇ ਬੇਸ਼ੱਕ ਉੱਦਾਂ ਮਿੱਠੀ ਗੱਲਾਂ ਕਰਦੇ ਹੋਣ, ਬਿਲਕੁਲ ਉਹਨਾਂ ਦਾ ਆਪਣਾ ਵੱਖਰਾ ਇੱਕ ਪ੍ਰਭਾਵ ਹੁੰਦਾ ਸੀ ਉਹਨਾਂ ਦੇ ਇਹ ਚਿਹਰੇ ਮੋਹਰੇ ਦਾ, ਉਹਨਾਂ ਦੇ ਆਪਣੇ ਅੰਦਾਜ਼ ਦਾ ਵੱਖਰਾ ਪ੍ਰਭਾਵ। ਅੱਜ ਇੱਕ ਵੱਖਰੀ ਗੱਲ ਮੈਂ ਕਰਨੀ ਚਾਹੂੰਗਾ ਕਿ ਉਹ ਬੜੀ ਛੋਟੀ ਜਿਹੀ ਉਮਰ ਸੀ ਆਨੰਦ ਕਾਰਜ, ਤੁਹਾਡੇ ਆਨੰਦ ਕਾਰਜ ਤੋਂ ਬਾਅਦ 1974 'ਚ ਆਨੰਦ ਕਾਰਜ ਹੋਇਆ, 1978 'ਚ ਪੂਰੀ ਤਰ੍ਹਾਂ ਸਮਰਪਿਤ ਹੋ ਗਿਆ, ਆਪਣੇ ਆਪ ਨੂੰ ਪੂਰਾ ਹੀ ਸਮਰਪਿਤ ਕਰ ਦਿੱਤਾ, ਨਿੱਕੇ ਨਿੱਕੇ ਬੱਚੇ ਹੋਣਗੇ ਉਦੋਂ, ਇਹ ਘਰ ਦੇ ਨਿਰਵਾਲਿਕ ਦੀ ਮਨ 'ਚ ਖਿਆਲ ਨਹੀਂ ਸੀ ਆਇਆ ਕਿ ਸਿੰਘ ਸਾਹਿਬ ਕਿੰਨੇ ਬੜੇ ਲੱਗ ਗਿਆ? ਨਹੀਂ, ਕਦੀ ਵਾਹਿਗੁਰੂ ਦੀ ਕਿਰਪਾ ਸੀ, ਕਿਉਂਕਿ ਕਈ ਘਰ ਦੇ ਵਿੱਚ ਮਹਾਂਪੁਰਸ਼ ਆਉਂਦੇ ਜਾਂਦੇ ਰਹਿੰਦੇ ਹੁੰਦੇ ਸੀਗੇ, ਅਤੇ ਇੱਕ ਵਾਰ ਦੀ ਗੱਲ ਹੈ ਇੱਕ ਮਹਾਂਪੁਰਸ਼ ਆਏ, ਕਿਉਂਕਿ ਮੇਰੀ ਜਿਹੜੀ ਬੈਕਗ੍ਰਾਊਂਡ ਸੀ ਇੰਨੀ ਗੁਰਸਿੱਖੀ 'ਚੋਂ ਨਹੀਂ ਸੀਗੀ ਜਿੱਦਾਂ, ਅਤੇ ਉਹਨਾਂ ਨੇ ਮੈਨੂੰ ਕਿਹਾ ਬੀਬਾ ਜੀ ਜਿੱਦਾਂ ਇਹ ਜਿਹੜੇ ਸਿੰਘ ਤੇਰੇ ਜਿਹੜੇ ਲੜ ਲੱਗੇ ਆ ਗਿਆ, ਇਹ ਕੋਈ ਖਾਸ ਪਰਸਨੈਲਿਟੀ ਹੈਗੀ ਆ, ਤੂੰ ਇਹਨਾਂ ਨੂੰ ਇਹ ਨਾ ਸਮਝੀ ਵੀ ਨੋਰਮਲ ਇਨਸਾਨ ਹੈਗੇ ਆ, ਜੇ ਤੂੰ ਸੇਵਾ ਵਿੱਚ ਰਹੂੰਗੀ ਤਾਂ ਰਾਜ ਭੋਗੂੰਗੀ, ਜੇ ਤੂੰ ਇੱਕ ਪਤੀ ਪਰਮੇਸ਼ਰ ਦਾ ਰੋਲ ਇਹਨਾਂ ਨੂੰ ਜਿੱਦਾਂ ਗ੍ਰਸਤੀ ਜੀਵਨ 'ਚ ਰੱਖਿਆ ਤਾਂ ਫਿਰ ਤੇਰੀ ਮਰਜ਼ੀ ਆ। ਮੈਨੂੰ ਉਹ ਬਚਨ ਜਿਹੜੇ ਆ ਪਤਾ ਨਹੀਂ ਉਹ ਮੇਰੀ ਜ਼ਿੰਦਗੀ ਸਵਾਰ ਗਏ, ਮੈਂ ਉਹ ਮਹਾਂਪੁਰਸ਼ਾਂ ਦੀ ਦੇਣ ਕਦੀ ਜ਼ਿੰਦਗੀ ਦੇ ਨਹੀਂ ਸਕਦੀ ਹੈਗੀ, ਕਿਉਂਕਿ ਉਹ ਮੇਰੇ ਮਨ ਵਿੱਚ ਇੰਨੀ ਗੱਲ ਬਹਿ ਗਈ ਕਿ ਮੈਂ ਉਹਨਾਂ ਦਾ ਕਦੀ ਕੋਈ ਕਹਿਣਾ ਮੋੜਿਆ ਨਹੀਂ ਸੀ। ਉਦੋਂ ਬਾਅਦ ਜਾਂ ਉਹ ਘਰ ਰਹਿਣ ਜਾਂ ਉਹ ਸੇਵਾ 'ਚ ਰਹਿਣ ਜਾਂ ਕਿਸੇ ਤਰ੍ਹਾਂ ਵੀ ਘਰ ਦਾ, ਪਰ ਮੈਨੂੰ ਘਰ ਦਾ ਗੁਜ਼ਾਰਾ ਚਲਾਉਣ ਲਈ ਕਦੀ ਤੰਗੀ ਨਹੀਂ ਆਈ, ਵਾਹਿਗੁਰੂ ਨੇ ਕਦੀ ਤੰਗੀ ਨਹੀਂ ਦਿੱਤੀ। ਇਹਦੇ ਵਿੱਚ ਮੇਰੀ ਮਾਤਾ ਜੀ ਦਾ ਵੀ ਬਹੁਤ ਰੋਲ ਆ, ਉਹ 30 ਸਾਲ ਮੇਰੇ ਕੋਲ ਰਹੇ ਅਤੇ ਇਸੇ ਸਿਰ 'ਤੇ ਉਹਨਾਂ ਨੂੰ ਮੇਰਾ ਵੀ ਫਿਕਰ ਨਹੀਂ ਸੀ ਹੁੰਦਾ ਵੀ ਬੱਚੇ ਛੋਟੇ ਹੈਗੇ ਆ, ਅਤੇ ਕੋਈ ਮੁਸ਼ਕਿਲ ਵੀ ਨਹੀਂ ਆਈ, ਵਾਹਿਗੁਰੂ ਨੇ ਕੋਈ ਵੀ ਤੰਗੀ ਨਹੀਂ ਆਉਣ ਦਿੱਤੀ ਗੁਰਸਿੱਖਾਂ ਦਾ ਸਾਥ। ਹੁਣ ਵੀ ਤੁਸੀਂ ਦੇਖੋ ਜੇ ਇੱਕ ਪਰਿਵਾਰ ਮੇਰੇ ਕੋਲੋਂ ਜਾਂਦਾ ਦੂਜਾ ਪਰਿਵਾਰ ਘਰ 'ਚ ਆ ਜਾਂਦਾ ਹੈਗਾ। ਗੁਰੂ ਮਹਾਰਾਜ ਦੀ ਬੜੀ ਕਿਰਪਾ ਆ, ਭਾਵੇਂ ਉਹ ਚਲੇ ਗਏ ਆ ਪਰ ਜਿਹੜੀ ਸੇਵਾ ਜਾਂ ਜਿਹੜੀ ਉਹਨਾਂ ਦੀ ਆਤਮਾ ਦੀ ਅਰਦਾਸ ਹੈਗੀ ਆ ਉਹ ਹਰ ਵੇਲੇ ਅੰਗ ਸੰਗ ਹੀ ਹੈਗੀ ਆ। ਕਿਤੇ ਵੀ ਦੁਨੀਆਂ ਦੇ ਵਿੱਚ ਮੈਂ ਚਲੇ ਜਾਵਾਂ, ਅੱਜ ਵੀ ਚਲ ਜਾਵਾਂ, ਅੱਜ ਵੀ ਮੈਨੂੰ ਜਿੱਦਾਂ ਰਾਜਕੁਮਾਰੀਆਂ ਵਾਲਾ ਸਤਿਕਾਰ ਮਾਣ ਮਿਲਦਾ ਸੰਗਤਾਂ ਤੋਂ, ਉਹ ਪਿਆਰ ਦੀ ਦੇਣ ਮੈਂ ਕਦੀ ਦੇ ਨਹੀਂ ਸਕਦੀ ਨਾ ਮੈਂ ਭੁਲਾ ਸਕਦੀ ਹੈਗੀ ਹਾਂ। ਠੀਕ ਹੈ, ਜ਼ਿੰਦਗੀ 'ਚ ਵਿਛੋੜਾ ਤਾਂ ਹੁੰਦਾ ਹੀ ਹੈਗਾ, ਹਰ ਇੱਕ ਇਸਤਰੀ ਨੂੰ ਹੁੰਦਾ ਹੀ ਆ ਆਪਣੇ ਪਤੀ ਪਰਮੇਸ਼ਰ ਦੇ ਨਾਲ, ਉਹਦਾ ਜੀਵਨ ਸਾਥੀ ਉਹਦੇ ਨਾਲ ਰਹੇ, ਪਰ ਜੋ ਗੁਰੂ ਦਾ ਹੁਕਮ ਆ ਉਹ ਮੇਰੇ ਬੱਚਿਆਂ ਨੇ ਜਾਂ ਮੇਰੇ ਪਰਿਵਾਰ ਨੇ ਮੈਨੂੰ ਬਹੁਤ ਬੈਕ ਸਪੋਰਟ ਦੇ ਕੇ ਮੈਨੂੰ ਐਨ ਉਸੇ ਰਸਤੇ 'ਤੇ ਰੱਖਣ ਚੱਲਣ ਲਈ ਕੋਸ਼ਿਸ਼ ਕੀਤੀ ਜਾਂ ਮੈਨੂੰ ਪ੍ਰੇਰਨਾ ਕਰਦੇ ਆ। ਹੁਣ ਹਾਲੇ ਵੀ ਗੁਰਮਤਿ ਕੰਪਿਊਟਰ ਨੂੰ ਵੀਡੀਓ ਤੁਸੀਂ ਲਾਉਂਦੇ ਹੋ? ਹਾਂਜੀ, ਹੁਣ ਵੀ ਮੇਰੀ ਕੋਸ਼ਿਸ਼ ਆ ਵੀ ਮੇਰੀ ਇਹ ਜਿਹੜਾ ਸੇਵਾ ਆ ਗੁਰੂ ਮਹਾਰਾਜ ਮੇਰੇ ਇੱਥੋਂ ਥੋੜ੍ਹੀ ਬਹੁਤ ਤੁਛ ਜਿਹੀ ਸੇਵਾ ਆ ਜਿਹੜੀ ਮੈਨੂੰ ਕਰਕੇ ਬਹੁਤ ਖੁਸ਼ੀ ਮਿਲਦੀ ਹੈ। ਕਿਉਂਕਿ ਅਸੀਂ ਪਿਛਲੇ ਦਿਨਾਂ ਸੰਗਤ ਟੀਵੀ ਵੱਲੋਂ ਇਟਲੀ ਗਿਆ ਸੀ, ਫੁਰਲੀ ਪ੍ਰੋਗਰਾਮ ਸੀ ਧਰਮੀ ਫੌਜੀਆਂ ਦਾ, ਤੁਸੀਂ ਉੱਥੇ ਗੁਰਮਤਿ ਕੈਂਪ ਲਾਇਆ ਹੋਇਆ ਸੀ? ਹਾਂਜੀ, ਅਸੀਂ ਉੱਥੇ ਫਰਦ ਨੋਨੇ 'ਚ ਉੱਥੇ 5 ਸਾਲ ਬਾਅਦ ਲੱਗਾ, ਉਹਨਾਂ ਨੂੰ ਕਿਹਾ ਸੀ ਸਾਡੇ ਕੋਲ ਵੀਕ ਨਹੀਂ, ਉਹ ਕਹਿੰਦੇ ਜਿਹੜੀ ਵੀ ਵੀਕ ਹੈਗੀ ਤੁਸੀਂ ਸਾਨੂੰ ਉਹੀ ਦੇ ਦਿਓ, ਜਿੱਦਾਂ ਸੰਗਤਾਂ ਦੇ ਵਿੱਚ ਇੰਨਾ ਪਿਆਰ ਆ, ਤੁਸੀਂ ਆ ਜਾਓ ਭਾਵੇਂ ਕੁਛ ਨਾ ਵੀ ਕਰੋ ਪਰ ਤੁਹਾਡੀ ਹਾਜ਼ਰੀ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈਗੀ ਆ। ਸੰਗਤਾਂ ਦਾ ਜਿਹੜਾ ਪਿਆਰ ਆ ਉਹਦੇ ਨਾਲ ਫਿਰ ਮੈਨੂੰ ਥਕਾਵਟ ਵੀ ਨਹੀਂ ਹੁੰਦੀ ਹੈਗੀ। ਮੈਂ ਇੱਕ ਪੈਰਸ ਗੁਰਮਤਿ ਕੈਂਪ 'ਤੇ ਗਿਆ ਸੀ, ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਲਾਉਂਦੇ ਨੇ ਉੱਥੇ ਸ਼ੇਰ ਪੰਜਾਬ ਕੰਪਲੈਕਸ ਦੇ ਵਿੱਚ, ਮੈਂ ਜਦੋਂ ਕੈਂਪ ਆਰੰਭ ਕੀਤਾ ਮੈਂ ਉੱਥੇ, ਜਦੋਂ ਉਹਨਾਂ ਨੇ ਕਿਹਾ ਵੀ ਇਹ ਕੈਂਪ ਜਿਹੜੇ ਅੱਜ ਲਾਏ ਜਾ ਰਹੇ ਇਹ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਦੀ ਦੇਣ ਆ, ਵੀ ਪਹਿਲੇ ਕੈਂਪ ਉਹ ਲੱਗ ਗਿਆ ਸੀ ਉਹਨਾਂ ਜਿਹੜੀ ਪਿਰਤ ਰੰਭੀ ਸੀ, ਉਹ ਰੱਬ ਉਹੀ ਪਿਰਤ ਜਿਹੜੀ ਰੰਭੀ ਸੀ ਉਹਨੂੰ ਚਾਲੂ ਰੱਖ ਰਹੇ ਹਾਂ। ਸੋ ਉਹਨਾਂ ਨੇ ਕਈ ਬੂਟੇ ਲਾਏ ਜਿਹੜੇ ਗਾਂਹ ਹੁਣ ਛਾਂ ਦੇਣ ਲੱਗ ਪਏ, ਫਲ ਦੇਣ ਲੱਗ ਪਏ, ਮੈਂ ਸੋਚਦਾ ਬਹੁਤ ਵੱਡਾ ਕੈਂਪ ਹੁੰਦਾ ਪੈਰਸਲਾ। ਹੁਣ ਜਿੰਨੇ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਤਕਰੀਬਨ ਜਿਹੜੇ ਪੁਰਾਣੇ ਗੁਰਸਿੱਖ ਆ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਭਾਈ ਸਾਹਿਬ ਤੋਂ ਜਦੋਂ ਪਹਿਲਾਂ ਜਿੱਥਾ ਗਿਆ, ਭਾਈ ਸਾਹਿਬ ਦੀ ਪ੍ਰੇਰਣਾ ਨਾਲ, ਪ੍ਰੇਰਣਾ ਦੇ ਨਾਲ, ਹੈ ਨਾ। ਮੈਂ ਇੱਦਾਂ ਨਹੀਂ ਕਰੀ ਕਿ ਇਸ ਡੈਡੀ ਹੋਣੇ ਦੇ ਕਰਕੇ, ਪਰ ਜਿਹੜਾ ਬੂਟਾ ਸਿੱਖੀ ਦਾ ਲਾਉਂਦਾ ਕੋਈ ਤਾਂ ਉਹ ਜਿਹੜੇ ਸਿੱਖੀ ਦੇ ਬੂਟੇ ਲਾਏ ਗਾਏ ਗਏ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ, ਹੁਣ ਇਹਨਾਂ ਆਸਟ੍ਰੇਲੀਆ ਹੋਇਆ, ਨਿਊਜ਼ੀਲੈਂਡ ਹੋਇਆ, ਫੀਜੀ ਹੋਇਆ, ਇੰਡੋਨੇਸ਼ੀਆ, ਮਲੇਸ਼ੀਆ ਦੇ ਵਿੱਚ ਬਹੁਤ ਥਾਂ 'ਤੇ ਗਏ ਸੀਗੇ ਜਿੱਥੇ ਹੋਰ ਕੋਈ ਪ੍ਰਚਾਰਕ ਕਦੇ ਜਾਂਦੇ ਨਹੀਂ ਸੀਗੇ। ਹੁਣ ਉਹਨਾਂ ਦੇ ਡਾਇਰੀਜ਼ ਵਿੱਚ ਮੈਂ ਦੇਖ ਰਹੀ ਸੀਗੀ ਕਿ ਕਈ ਵਾਰੀ ਮਨ 'ਚ ਖਿਆਲ ਆਉਣਾ ਕਿ ਇਹਨਾਂ ਸੰਗਤ ਦੀ ਪ੍ਰਬੰਧਕਾਂ ਦੀ ਸਪੋਰਟ ਨਹੀਂ ਹੈਗੀ। ਉਹਨਾਂ ਨੇ ਆਪ ਲਿਖਤੀ ਰੂਪ 'ਚ ਕਹਿੰਦੇ ਸੀਗੇ ਕਿ ਸੰਗਤ ਚਾਹੁੰਦੀ ਆ ਜਾਂ ਸੰਗਤ ਨੂੰ ਸਿੱਖੀ ਵੱਲ ਉਹ ਸੁੱਤੀ ਪਈ ਆ, ਉਹ ਸਾਡਾ ਮਕਸਦ ਹੈਗਾ ਜਿੱਦਾਂ ਡਾਕਟਰ ਜਗਾਉਣਾ, ਹੈ ਨਾ, ਉਹਨਾਂ ਨੂੰ ਸਿੱਖੀ ਵੱਲ ਲਿਆਉਣਾ, ਪ੍ਰੇਰਣਾ ਦੇਣੀ, ਹੈ ਨਾ। ਪਰ ਰੁਕਾਵਟਾਂ ਤਾਂ ਕਈ ਆਉਂਦੀਆਂ ਸੀਗੀਆਂ। ਹੁਣ ਕਈ ਵਾਰੀ ਜਿਹੜੇ ਬੰਦੇ ਸਿੱਖੀ ਵੱਲ ਨਾਸਤਿਕ ਹੈਗੇ ਆ ਉਹ ਕਈ ਵਾਰੀ ਤਾਂ ਇਮੀਗ੍ਰੇਸ਼ਨ ਵਾਲਿਆਂ ਨੂੰ ਵੀ ਸ਼ਿਕਾਇਤ
ਉੱਥੇ ਸ਼ਿਕਾਇਤ ਲਾਤੀ, ਫਿਰ ਬੋਰਡ ਦੇ ਉੱਤੇ ਰੁਕਾਵਟ ਆ ਗਈ, ਪਰ ਉੱਥੇ ਮਹਾਰਾਜ ਦੀ ਕਿਰਪਾ ਸੀਗੀ ਕਿ ਨਗਾ ਦਿੱਤਾ, ਹਾਂਜੀ ਜਿਨ੍ਹਾਂ ਨੇ ਫਿਰ ਉਹ ਗੁਰੂ ਘਰ ਪਹੁੰਚਣ ਲਈ ਅੰਮ੍ਰਿਤ ਸੰਚਾਰ ਕਰਨੀ ਸੀਗੀ ਸੇਵਾ, ਉਹ ਉੱਥੇ ਪਹੁੰਚ ਗਏ ਸੀਗੇ ਟਾਈਮ ਸਿਰ, ਠੀਕ ਹੈ ਬਾਤ ਹੈ ਨਾ। ਐਂਡ ਫਿਰ ਇੱਦਾਂ ਜਿੱਥੇ ਤੁਸੀਂ ਸੱਚ ਦੇ ਮਾਰਗ 'ਤੇ ਚੱਲਦੇ ਆ, ਗੁਰੂ ਦੀ ਗੱਲ ਕਰਦੇ ਆ ਨਾ, ਉੱਥੇ ਹਮੇਸ਼ਾ ਤੁਹਾਡੇ ਨਾਲ ਸਪੋਰਟ ਹੁੰਦੀ ਆ ਨਾ। ਯੈ ਹਾਂਜੀ ਮੈਂ ਭਾਅ ਜੀ ਤੋਂ ਕੱਲ੍ਹ ਪੁੱਛੀ, ਤੁਹਾਨੂੰ ਪੁੱਛਣਾ ਬੱਚੇ ਦੇ ਤੌਰ ਦੇ ਉੱਤੇ ਵੀ ਤੁਸੀਂ ਨਿੱਕੀ ਛੋਟੀ ਜਿਹੀ ਉਮਰ ਤੋਂ ਪਿਤਾ ਜੀ ਨਾਲ ਗੁਰਮਤਿ ਕੈਂਪਾਂ 'ਚ ਜਾਣ ਲੱਗ ਪਿਆ, ਹਾਂਜੀ ਪਰ ਜਦੋਂ ਬਹੁਤਾ ਸਮਾਂ ਘਰੋਂ ਬਾਹਰ ਰਹਿੰਦੇ ਹੁੰਦੇ ਸੀ, ਗੁਰਮਤਿ ਦਾ ਪ੍ਰਚਾਰ ਕਰਦੇ ਹੁੰਦੇ ਸੀ, ਤੇ ਤੁਹਾਨੂੰ ਕਦੀ ਲੋੜ ਵੀ ਮਹਿਸੂਸ ਹੁੰਦੀ ਪਿਤਾ ਦੀ ਲੋੜ ਤਾਂ ਹਰ ਕੋਈ ਮਹਿਸੂਸ ਹੁੰਦੀ, ਤੁਹਾਡੇ ਮਨ 'ਚ ਕਦੀ ਆਇਆ ਸੀ ਨਹੀਂ ਸਾਡਾ ਪਿਤਾ ਸਾਡੇ ਕੋਲ ਹੋਣਾ ਚਾਹੀਦਾ ਕਿ ਇੱਧਰ? ਅਸੀਂ ਮਮ ਨੂੰ ਕਾਫੀ ਕਹਿੰਦੇ ਹੁੰਦੇ ਸੀਗੇ, ਮਮ ਤੁਸੀਂ ਨਾ ਦਿਲ ਹੌਲਾ ਕਰੋ, ਹੈ ਨਾ। ਅੱਛਾ ਮਮ ਦਾ ਹੌਸਲਾ ਤੁਸੀਂ ਦਿੰਦੇ ਹੁੰਦੇ ਸੀ, ਕਿਆ ਬਾਤ ਕਿਆ ਬਾਤ। ਐਂਡ ਆਈ ਥਿੰਕ ਅਸੀਂ ਸਾਰੇ ਅਸੀਂ ਮੇਰੇ ਮੈਂ ਉਹਦਾ ਵੱਡੀਆਂ, ਮੇਰੇ ਛੋਟੀ ਸਿਸਟਰ, ਮੇਰਾ ਬ੍ਰਦਰ ਵੀ ਹੈਗਾ ਨਾ, ਐਂਡ ਆਈ ਥਿੰਕ ਅਸੀਂ ਪਰਿਵਾਰ ਦੇ ਵਿੱਚ ਸਾਨੂੰ ਪਤਾ ਸੀਗਾ ਡੈਡੀ ਡਿਫਰੈਂਟ ਸੀਗਾ, ਹਾਂਜੀ, ਹੈ ਨਾ। ਇੱਦਾਂ ਨਹੀਂ ਸੀਗਾ ਅਸੀਂ ਨੋਰਮਲ ਡੈਡੀ ਵਾਂਗਰ ਉਹਨਾਂ 'ਤੇ, ਨਾ ਸਾਡੀ ਜਿੱਦਾਂ ਐਕਸਪੈਕਟੇਸ਼ਨ ਸੀਗੀ, ਹਾਂਜੀ, ਪਰ ਇੰਨਾ ਸੀਗਾ ਸਾਨੂੰ ਚਾਅ ਬਹੁਤ ਹੋਣਾ ਸੀਗਾ ਜਦੋਂ ਘਰ ਆਉਂਦੇ ਸੀਗੇ, ਫਿਰ ਵੱਧ ਤੋਂ ਵੱਧ ਉਹਨਾਂ ਨਾਲ ਟਾਈਮ ਸਪੈਂਡ ਕਰਨਾ, ਕੀਰਤਨ ਸਿੱਖਣਾ, ਉਹਨਾਂ ਨੂੰ ਪੁੱਛਣਾ ਅਸੀਂ ਕਿੱਥੇ ਕਿੱਥੇ ਗਏ, ਕੀ ਕੀ ਕੀਤਾ, ਇੰਨਾ ਯੇ ਆਈ ਥਿੰਕ ਸਾਨੂੰ ਸਾਰਿਆਂ ਨੂੰ ਅੰਡਰਸਟੈਂਡਿੰਗ ਸੀਗੀ ਕਿ ਅਸੀਂ ਨੋਰਮਲ ਡੈਡੀ ਦੇ ਰੂਪ 'ਤੇ ਉਹਨਾਂ ਨੂੰ ਜਿੱਦਾਂ ਉਹਨਾਂ ਨੂੰ ਉਸ ਰੂਪ 'ਚ ਦੇਖਿਆ ਨਹੀਂ ਸੀਗਾ। ਸੱਚੀ ਤੁਰੋ ਵਸਾਈ ਰੂਹ ਸੀ, ਪਿਛਾਕ ਵਾਲੀ ਗੱਲ ਨਹੀਂ ਤਾਂ ਇੰਨਾ ਸਮਾਂ ਜੀਵਨ ਦਾ ਇੰਨਾ ਦਿੱਤੇ ਨਹੀਂ ਜਾ ਸਕਦਾ, ਮਨੁੱਖ ਨਹੀਂ ਦੇ ਸਕਦਾ, ਯਤਨ ਕਰਕੇ ਨਹੀਂ ਦਿੱਤਾ ਜਾ ਸਕਦਾ। ਔਰ ਜਿੰਨੇ ਗੁਣ ਸਤਿਗੁਰ ਉਹਨਾਂ ਨੇ ਇਕੱਠੇ ਕਰ ਦਿੱਤੇ ਸੀ, ਕਿਉਂਕਿ ਇੰਗਲੈਂਡ ਦੀ ਪੜ੍ਹਾਈ ਸੀ, ਪੂਰੀ ਇੰਗਲਿਸ਼ ਸੀ ਉਹਨਾਂ ਕੋਲ, ਯੂਰਪ ਦੀ ਪੂਰੀ, ਉਹਨਾਂ ਦੇ ਨਾਲ ਜਿਹੜੇ ਨਕਸ਼ੇ ਅੱਜ ਵਰਗੇ ਹੁੰਦੇ ਹੈਗੇ, ਅੱਜ ਤਾਂ ਤੁਸੀਂ ਨੈਵੀਗੇਸ਼ਨ ਦਾ ਹੀ ਦੇਖੇ ਜਿੱਥੇ ਮਰਜ਼ੀ ਚਲ ਜਾਓ, ਪਰ ਉਦੋਂ ਨੈਵੀਗੇਸ਼ਨ ਵੀ ਨਹੀਂ ਸੀ ਹੁੰਦੇ, ਨੈਵੀਗੇਸ਼ਨ ਤੋਂ ਬਿਨਾਂ ਸਫ਼ਰ ਕਰਨਾ, ਵੱਖ ਵੱਖ ਦੇਸ਼ਾਂ ਦੇ ਵਿੱਚ ਸਫ਼ਰ ਕਰਨਾ, ਇਹ ਨਕਸ਼ੇ ਚੱਕ ਕੇ ਤੁਰੇ ਫਿਰਦਾ, ਇਹ ਵੱਖ ਵੱਖ ਕਿਤਾਬਾਂ ਚੱਕਣੀਆਂ ਵੱਖਰੇ ਵੱਖਰੇ ਸ਼ਹਿਰਾਂ ਦੀਆਂ ਵੱਖਰੇ, ਬਹੁਤ ਵੱਡੀ ਗੱਲ। ਔਰ ਡਰਾਈਵਿੰਗ ਪੂਰੀ ਕਰਨੀ, ਇੰਗਲਿਸ਼ ਦੀ ਨੌਲੇਜ ਪੂਰੀ ਆ, ਕਾਨੂੰਨ ਦੀ ਨੌਲੇਜ ਪੂਰੀ ਆ, ਫਿਰ ਗੋਰਿਆਂ ਨਾਲ ਕਿਵੇਂ ਵਿਚਰਦਾ, ਕਿਉਂਕਿ ਪਹਿਲਾਂ ਪ੍ਰਚਾਰ ਗੋਰਿਆਂ ਨਾਲ ਕੀਤਾ, ਸਾਰੇ ਦਾ ਸਾਰਾ ਜਿਹੜਾ ਅਸੀਂ ਦੁਨੀਆ ਭਰ ਦੇ ਵਿੱਚ ਘੁੰਮ ਕੇ ਇਹ ਗੁਰਮਤਿ ਦੀ ਗੁਰਬਾਣੀ ਦਾ ਪੂਰਾ ਗਿਆਨ ਹੈ, ਕਥਾ ਵਾਰਤਾ ਕਰ ਸਕਦੇ, ਕੀਰਤਨ ਕਰ ਸਕਦੇ, ਗੱਲਬਾਤ ਵੀ ਕਿਸੇ ਨਾਲ ਬਹੁਤ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ, ਔਰ ਆਪਣਾ ਆਪਣਾ ਜਣਾਉਣਾ, ਸਾਰਾ ਕੁਛ ਕਰਦੇ ਹਾਂ ਆਪਣਾ ਆਪਣਾ ਜਣਾਉਣਾ, ਕਿਸੇ ਧੜੇ ਦੀ ਗੱਲ ਨਹੀਂ ਕਰਨੀ, ਔਰ ਆਪਣਾ ਆਪ ਜਾਰ ਵੀ ਨਹੀਂ ਹੁੰਦਾ, ਜਿੱਡੀ ਕੁ ਉਹਨਾਂ ਦੀ ਅੰਦਰ ਦੀ ਮਨੋਵਸਥਾ ਸੀਗੀ, ਉਹ ਨੇੜੇ ਵਾਲੇ ਸਿੱਖ ਜਾਣਦੇ ਨੇ, ਨੇੜੇ ਵਾਲੇ ਗੁਰਸਿੱਖ ਜਾਣਦੇ ਸਨ, ਪਰ ਕਦੀ ਕਿਸੇ ਨੂੰ ਯਾਰ ਨਹੀਂ ਕੀਤੀ, ਇਹ ਕਦੀ ਕਿਸੇ ਤੋਂ ਪੈਰੀ ਹੱਥ ਨਹੀਂ ਲਵਾਇਆ, ਕਦੀ ਸੰਦ ਨਹੀਂ ਜਿਹੜੀ ਖਵਾਇਆ ਨਹੀਂ, ਇਹ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਸ਼ਾਇਦ ਕਿਸੇ ਇੱਕ ਮਨੁੱਖ 'ਚ ਨਾ ਇਕੱਠੀਆਂ ਹੋ ਸਕਣ, ਬਹੁਤ ਵੱਡੀ ਗੱਲ ਸੀ ਇਹ, ਅੱਜ ਜਦੋਂ ਮਹਿਸੂਸ ਹੁੰਦਾ ਤੇ ਉਦੋਂ ਸ਼ਾਇਦ ਨਾ, ਉਦੋਂ ਤੁਸੀਂ ਤਾਂ ਉਹਦੇ ਸਮਝਦੇ ਵੀ ਨਹੀਂ, ਨਾਮ ਡੈਡੀ ਸੀ, ਪਰ ਅੱਜ ਜਦੋਂ ਪਿਤਾ ਜੀ ਦੀ ਕਰਨੀ ਨੂੰ ਤੁਸੀਂ ਪਿੱਛੇ ਬੈਠ ਕੇ ਦੇਖਦੇ, ਜਦੋਂ ਜੀ ਤੁਸੀਂ ਜ਼ਿੰਦਗੀ ਦੇ ਬਾਰੇ ਕਿਤਾਬ ਵੀ ਲਿਖ ਰਹੇ ਆ, ਉਦੋਂ ਕਿਤਾਬ ਮਹਿਸੂਸ ਹੁੰਦਾ ਪਿਤਾ ਬਾਰੇ ਕਿੰਨਾ ਕੁ ਬਹੁਤ ਜ਼ਿਆਦਾ। ਹੁਣ ਕਿਉਂਕਿ ਹੁਣ ਆਈ ਥਿੰਕ ਪ੍ਰਚਾਰਕ ਕਈ ਆ, ਹਾਂਜੀ, ਪਰ ਆਈ ਥਿੰਕ ਉਹ ਕੁਆਲਿਟੀ ਨਹੀਂ ਹੈਗੀ ਹੁਣ ਜਿਹੜੇ, ਹੁਣ ਜਿਹੜੇ ਸਪੈਸ਼ਲੀ ਜਿਹੜੇ ਨਿਸ਼ਕਾਮ ਸੇਵਾ ਹੁੰਦੀ ਹੈ ਨਾ, ਹਾਂਜੀ, ਜਿਹੜੇ ਮਨ ਤਨੋਂ ਲਾ ਕੇ ਨਾ, ਇਹਨਾਂ ਨੇ ਗੁਰੂ ਦੀ ਗੱਲ ਕਰਨੀ, ਉਹ ਗੁਰਮਤਿ ਦੇ ਸਿਧਾਂਤ ਇੱਕ ਗੱਲ ਸੰਗਤ ਨੂੰ ਜੋੜਨਾ ਨਾਲੇ, ਆਈ ਥਿੰਕ ਅੱਜ ਕੱਲ੍ਹ ਜਿਹੜੇ ਹੁਣ ਬਹੁਤ ਹੋ ਗਏ, ਪਰ ਉਹ ਸਹੂਲਤਾਂ ਬੜੀਆਂ ਹੋਈਆਂ, ਸਹੂਲਤਾਂ ਵੀ ਹੋ ਗਈਆਂ ਨਾ, ਪਰ ਆਈ ਥਿੰਕ ਉਹ ਸੰਗਤ ਕਈ ਵਾਰੀ ਤੋੜ ਵੀ ਹੋ ਜਾਂਦੀ ਆ, ਫਰਕ ਵੀ ਪੈ ਜਾਂਦਾ ਨਾ, ਹੈ ਨਾ। ਐਂਡ ਆਈ ਥਿੰਕ ਕੋਈ ਕੋਈ ਹੁੰਦਾ ਜਿਹੜੇ ਜਿੱਥੇ ਵੀ ਜਾਂਦੇ ਨਾ, ਸੰਗਤ ਨੂੰ ਜੋੜਨ ਦਾ ਮਕਸਦ ਗੁਰੂ ਘਰ ਨਾਲ ਜੋੜੋ, ਗੁਰੂ ਦੇ ਨਾਲ ਤੁਸੀਂ ਲੜ ਲੱਗੋ, ਹੈ ਨਾ, ਇਹ ਸਭ ਤੋਂ ਵੱਡੀ ਗੱਲ ਆ। ਐਂਡ ਆਈ ਥਿੰਕ ਜਿਹੜੇ ਦੁਨੀਆਂ ਦੇ ਵਿੱਚ ਜਾ ਕੇ ਜਿੱਥੇ ਕੋਈ ਜਾਂਦਾ ਨਹੀਂ ਸੀਗਾ, ਨਾਲੇ ਕਦੇ ਮਾਇਆ ਦੇ ਲਾਲਚ ਨਹੀਂ ਕਦੇ ਕੀਤੀ, ਬਿਲਕੁਲ ਕੋਈ ਸ਼ੱਕ ਨਹੀਂ ਇਹਦੇ 'ਚ, ਹੈ ਨਾ। ਹੁਣ ਇੰਡੋਨੇਸ਼ੀਆ ਜਾਂ ਹੋਰ ਵੀ ਕਈ ਥਾਂ 'ਤੇ ਜਿੱਥੇ ਤੁਹਾਨੂੰ ਪਤਾ ਸੀ ਉੱਥੇ ਨਹੀਂ ਹੋਣਾ, ਪਰ ਉੱਥੇ ਵੀ ਜਾਣਾ ਬਿਕੋਜ਼ ਉੱਥੇ ਲੋੜ ਸੀਗੀ, ਉੱਥੇ ਆਪਣੇ ਸਿੱਖ ਪਰਿਵਾਰ ਪੰਜਾਬੀ ਬਹੁਤ ਸਾਲਾਂ ਦੇ ਗਏ ਸੀਗੇ, ਜੋ ਕਰ ਕਿਉਂਕਿ ਬਹੁਤ ਦੂਰ ਦੇ ਹੋਣ ਕਰਕੇ ਉਹ ਹਿੰਦੂ ਵਾਤਾਵਰਨ ਨਾਲ ਮਿਕਸਅਪ ਹੋ ਗਿਆ। ਹੁਣ ਫੀਜ ਜਦੋਂ ਗਏ, ਜਿਹੜੇ ਪੁਰਾਣੇ ਪੰਜਾਬੀ ਸਿੱਖ ਪਰਿਵਾਰ ਗਏ ਸੀਗੇ, ਉਹਨਾਂ ਦੀ ਰਹਿਣੀ ਬਹਿਣੀ ਉਹ ਹਿੰਦੂਆਂ ਨਾਲ ਮਿਕਸ ਉਹੀ, ਫਿਰ ਜਦੋਂ ਹੁਣ 2-3 ਪੀੜ੍ਹੀਆਂ ਤੁਹਾਨੂੰ ਹੋ ਜਾਂਦੀਆਂ, ਫਿਰ ਉੱਥੇ ਉਹਨਾਂ ਦੇ ਨਾਂ ਦੇ ਜਾਣ ਦੇ ਨਾਲ ਉੱਥੇ ਵੀ ਬਹੁਤ ਸੰਗਤ ਦਾ ਪ੍ਰਭਾਵ ਹੈ ਕਿ ਹਾਂ ਉਹਨਾਂ ਦੇ ਪੁਰਾਣੇ ਗੁਰਸਿੱਖ ਅਤੇ ਸਿੱਖੀ ਨਿਸ਼ਾਨੀਆਂ, ਫਿਰ ਕਿਸ ਤਰ੍ਹਾਂ ਉੱਥੇ ਅੰਮ੍ਰਿਤ ਪਾਨ ਕੇ ਇਹਨੇ ਸੰਗਤ ਨੇ ਪ੍ਰਾਪਤ ਕੀਤਾ। ਆਪਣੇ ਪਿਤਾ ਜੀ ਦੀ ਕੋਈ ਯਾਦਗਾਰੀ ਗੱਲ ਜਿਹੜੀ ਯਾਦ ਆਉਂਦੀ ਹੋਵੇ, ਜਿਹੜੀ ਸੰਗਤਾਂ ਨੂੰ ਦੱਸਣ ਯੋਗ ਹੋਵੇ, ਕੋਈ ਯਾਦਗਾਰੀ ਗੱਲ? ਅੰਕਲ ਜੀ ਤਾਂ ਬਹੁਤ ਯਾਦਗਾਰੀਆਂ ਆਉਂਦੀਆਂ ਨਾ, ਜਸਟ ਲੱਭਣੀ ਔਖੀ ਹੁੰਦੀ, ਹਾਂਜੀ ਲੱਭਣੀ ਔਖੀ ਹੁੰਦੀ ਆ, ਪਰ ਫਿਰ ਵੀ ਕੋਈ ਯਾਦ ਕਰਨ ਦੀ ਕੋਸ਼ਿਸ਼ ਕਰੋ ਭੈਣ ਜੀ, ਤੁਹਾਨੂੰ ਕੋਈ ਯਾਦ ਹੋਵੇ, ਬਹੁਤ ਯਾਦਗਾਰੀ ਗੱਲ ਜਿਹੜੀ ਰੋਮਾਂਚਿਤ ਕਰਨ ਵਾਲੀ ਹੋਵੇ।
ਨਹੀਂ ਉੱਦਾਂ ਜਿੱਦਾਂ ਜਦੋਂ ਗੱਡੀ ਦੇ ਵਿੱਚ ਜਿੰਨਾ ਵੀ ਸਫ਼ਰ ਕਰਦੇ ਹੁੰਦੇ ਸੀਗੇ ਸਿਮਰਨ 'ਤੇ ਜ਼ੋਰ ਦਿੰਦੇ ਹੁੰਦੇ ਸੀਗੇ, ਸਿਮਰਨ 'ਤੇ ਕਰੋ ਜਿੱਦਾਂ, ਫਿਰ ਜਦੋਂ ਜਿਹੜੇ ਸਹਿਜਧਾਰੀ ਬੰਦੇ ਵੀ ਗੱਡੀ 'ਚ ਕਈ ਵਾਰੀ ਸੇਵਾ ਕਰਦੇ ਹੁੰਦੇ ਸੀ, ਨਾਲ ਜਾਣਾ ਉਹਨਾਂ ਦੇ ਘਰ ਜਾ ਕੇ ਗੱਲਾਂ ਕਰਨੀਆਂ, ਭਈ ਮੈਨੂੰ 3 ਦਿਨ ਹੋ ਗਿਆ ਉਹਨਾਂ ਦੀ ਸੰਗਤ ਕਰਦਿਆਂ ਨੂੰ, ਭਈ ਮੈਨੂੰ ਜਿਹੜਾ ਉਹਨਾਂ ਦੀ ਗੱਡੀ 'ਚ ਬੈਠ ਕੇ ਜਾਂ ਸਿੰਘਾਂ ਦੀ ਸੰਗਤ 'ਚ ਬੈਠ ਕੇ ਆਨੰਦ ਆਇਆ, ਮੈਂ ਕਦੀ ਜ਼ਿੰਦਗੀ 'ਚ ਨਹੀਂ ਉਸ ਆਨੰਦ ਮੈਂ ਉਸ ਗੱਲ ਨੂੰ ਮਹਿਸੂਸ ਕਰਦਾ, ਉਹਨਾਂ ਦੀ ਗੱਡੀ ਦੀ ਵਾਈਬ੍ਰੇਸ਼ਨ ਹੀ ਹੋਰ ਹੋਇਆ ਕਰਦੀ ਸੀ, ਵੱਖਰੀ ਵਾਈਬ੍ਰੇਸ਼ਨ ਹੋਇਆ ਇਹ ਕਰਦੀ ਸੀ, ਚੀਜ਼ਾਂ ਔਰ ਗੱਲਬਾਤ ਘੱਟ ਕਰਿਆ ਕਰਦੇ ਸੀ, ਤੁਸੀਂ ਜਿੰਨਾ ਕੁ ਬੁਲਾਇਆ, ਜਿੰਨੀ ਕੁ ਗੱਲ, ਜਿੰਨਾ ਕੁ ਸਵਾਲ ਕਰ ਲਿਆ, ਜੇ ਕਰ ਲਿਆ ਉਹਨਾਂ ਕੁ ਜਵਾਬ ਦੇ ਦਿੱਤਾ, ਬਾਅਦ 'ਚ ਫਿਰ ਉਹ ਆਪਣੇ ਅੰਤਰਾਤਮਾ ਜੁੜੇ ਹੋਏ ਆ, ਜਿੱਦਾਂ ਅੰਤਰ ਕੋਈ ਚੱਲ ਰਿਹਾ ਤੇ ਉਹਨੂੰ ਸੁਣ ਰਿਹਾ, ਇੱਦਾਂ ਉਹਨਾਂ ਦੀ ਇਹ ਅਵਸਥਾ ਹੁੰਦੀ ਸੀ, ਇੱਦਾਂ ਮਹਿਸੂਸ ਹੋਇਆ ਇਹਦੀ ਕਰਦਾ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਡੋਵਰ ਇੱਥੇ ਜਦੋਂ ਆਪਾਂ ਵੜਨ ਲੱਗੇ ਪੋਰਟ ਦੇ ਉੱਤੇ ਰੋਕ ਲਿਆ ਸਾਨੂੰ, ਕੋਈ ਸਿੰਘ ਉੱਥੋਂ ਆਏ ਸੀ ਆਮਸਟਰਮ ਤੋਂ, ਆਪਣਾ ਸਮਾਨ ਉਹਨੇ ਸਾਡੀ ਗੱਡੀ 'ਚ ਰੱਖਿਆ ਸੀ ਕੰਪਿਊਟਰ ਵਗੈਰਾ ਅਤੇ ਲੈਣ ਦਾ, ਉਹ ਕਹਿੰਦੇ ਤੁਹਾਡੀ ਗੱਡੀ ਚੈੱਕ ਕਰਨੀ ਆ, ਉਹਨੇ ਭਾਈ ਸਾਹਿਬ ਜੀ 3 ਘੰਟੇ ਸਾਡੀ ਗੱਡੀ ਚੈੱਕ ਕਰਨੇ ਨੂੰ ਲਾਏ, ਸਾਰਾ ਸਮਾਨ ਕਢਾਇਆ, ਸਾਰਾ ਦੇਖਿਆ, ਐਵਰੀਥਿੰਗ ਦੇਖੀ, ਚੈੱਕ ਚੁੱਕ ਕਰਕੇ ਫਿਰ ਉਹ ਬਾਅਦ ਵਿੱਚ ਉਹਨਾਂ ਨੂੰ ਪੁੱਛਣ ਆਏ ਭਈ ਤੁਸੀਂ ਕੀ ਕੰਮ ਕਰਦੇ ਹੋ, ਕਹਿੰਦੇ ਮੈਂ ਤੁਹਾਨੂੰ ਕੰਮ ਕੀ ਦੱਸਣਾ, ਜਿਹੜਾ ਕਰਦਾ ਤੁਹਾਨੂੰ ਦੱਸਦਾ ਹੀ ਹਾਂ ਜੋ ਤੁਸੀਂ ਸਮਾਨ ਦਿਓ, ਕਹਿੰਦੇ ਸਾਨੂੰ ਤਾਂ ਸਮਾਨ ਕੁਛ ਨਹੀਂ, ਕਿਸੇ ਨੇ ਸ਼ਾਇਦ ਕੋਈ ਕੰਪਲੇਂਟ ਕੀਤੀ ਹੋਵੇ ਜਿੱਦਾਂ, ਅਤੇ ਫਿਰ ਜਦੋਂ ਉਹਨੇ ਸਾਰੀ ਪੂਰੀ ਲਿਸਟ ਕੱਢੀ ਨਾ ਕਿੰਨੀ ਵਾਰੀ ਸਾਲ 'ਚ ਟਰੈਵਲਿੰਗ ਕਰਦੇ ਹੋ, ਬਹੁਤ ਵੱਡੀ ਲਿਸਟ ਕੱਢੀ ਉਹਨੇ, ਅਤੇ ਉਹ ਪੁੱਛਣ ਆਏ ਵੀ ਆ ਤੁਸੀਂ ਮੈਨੂੰ ਅੱਗੇ ਕਿਉਂ ਨਹੀਂ ਦੱਸਿਆ ਤੁਸੀਂ ਇੰਨੀ ਵਾਰੀ ਟਰੈਵਲਿੰਗ ਕਰਦੇ ਆਉਂਦੇ ਜਾਂਦੇ, ਉਹਨਾਂ ਨੇ 2 ਹੀ ਲਫ਼ਜ਼ ਗਏ, ਕਹਿੰਦੇ ਤੇਰੀ ਡਿਊਟੀ ਸੀ ਤੁਸੀਂ ਆਪਣੀ ਕਰ ਲਈ, ਮੇਰੀ ਡਿਊਟੀ ਆ ਜਿੰਨਾ ਤੁਸੀਂ ਪੁੱਛੋਗੇ ਮੈਂ ਉਨਾ ਹੀ ਦੱਸਣਾ, ਕਹਿੰਦੇ ਮੈਨੂੰ ਲੋੜ ਨਹੀਂ ਸੀ ਤੁਹਾਨੂੰ ਦੱਸਣ ਦੀ, ਮੈਂ ਸਫ਼ਰ ਕਰਦਾ, ਤੁਸੀਂ ਡਿਊਟੀ 'ਤੇ ਬੈਠੇ ਨਾ, ਮੇਰੀ ਵੈਨ ਚੈੱਕ ਕਰਨੀ ਸੀ, ਮੇਰੇ ਪਾਸਪੋਰਟ ਚੈੱਕ ਕਰਨੇ, ਕਰ ਲਿਆ ਤੁਸੀਂ, ਯਾਨੀ 3 ਘੰਟੇ ਅਸੀਂ ਕਹੀਏ ਵੀ ਤੁਸੀਂ ਕਹੋ ਕੁਛ ਕਹੋ, ਕਹਿੰਦੇ ਨਹੀਂ ਕੁਛ ਨਹੀਂ, ਕੋਈ ਗੱਲ ਨਹੀਂ ਕਹਿਣੀ, ਉਹਨਾਂ ਨੂੰ ਆਪਣੀ ਡਿਊਟੀ ਕਰਨ ਦਿਓ, ਜਿਹੜਾ ਜਿਹੜਾ ਮਹਾਰਾਜ ਨੇ ਗੁਰੂ ਮਹਾਰਾਜ ਨੇ ਕਿੱਥੇ ਜਿੱਥੇ ਸੌਂਪਿਆ ਉਹਨੂੰ ਉਹੀ ਡਿਊਟੀਆਂ, ਇੱਦਾਂ ਹੀ ਵਾਹਗਾ ਬਾਰਡਰ 'ਤੇ ਕਹਿਣਾ, ਸਾਨੂੰ ਕਦੇ ਵੀ ਕੋਈ ਔਕੜ ਨਹੀਂ ਸੀ ਆਏ, ਜਿੱਦਾਂ ਕਾਫੀ 2-2 ਘੰਟੇ ਵੀ ਬੈਠਣ ਨੂੰ ਲੱਗੇ, ਪਰ ਉਹਦੇ ਵਿੱਚ ਵੀ ਫਿਰ ਇੱਕ ਵਾਰੀ ਗੱਡੀ ਖਰਾਬ ਹੋ ਗਈ ਜਦੋਂ ਇੱਥੋਂ ਤੁਰਨ ਲੱਗੇ ਤੇ ਟ੍ਰੇਨੇ ਗਏ ਸਮਾਨ ਅੰਮ੍ਰਿਤਸਰ ਚਾਰਦਾ ਵੀ ਕੋਲ ਐਮਸਟਮ ਹੋਲੈਂਡ ਹੁਕਮੈਂਡ ਹੋਲੈਂਡ 'ਤੇ ਰੋਕ ਲਿਆ, ਅਤੇ ਉਹ ਕਹਿੰਦੇ ਤੁਸੀਂ ਸ੍ਰੀ ਸਾਹਿਬਾਂ ਨਹੀਂ ਪਾ ਕੇ ਜਾ ਸਕਦੇ, ਕਾਫੀ ਸਿੰਘ ਨਾਲ ਸੀਗੇ ਉਦੋਂ ਵੀ, ਅਤੇ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਵਾਪਸ ਚਲ ਜਾਵਾਂਗੇ, ਅਸੀਂ ਸ੍ਰੀ ਸਾਹਿਬਾਂ ਨਹੀਂ ਲਾਉਣੀਆਂ, ਅਤੇ ਉਹਨਾਂ ਦੇ ਕੁਛ ਮਿਨਿਸਟਰਾਂ ਨੇ ਕਹਿ ਦਿੱਤਾ ਤੁਸੀਂ ਇਹ ਕਹਿੰਦੇ ਰਹਿਰਾਸ ਦਾ ਟਾਈਮ ਹੋ ਗਿਆ, ਅਸੀਂ ਪਾਠ ਕਰ ਸਕਦੇ, ਸਾਨੂੰ ਕਮਰਾ ਦੇ ਦਿਓ, ਭਾਈ ਸਾਹਿਬ ਜੀ ਉੱਥੇ ਅਸੀਂ ਰਹਿਰਾਸ ਕਰਨ ਲੱਗ ਪਏ, ਜਦ ਤੇ ਉਹਨਾਂ ਦਾ ਉਹ ਜਿੱਦਾਂ ਹੈੱਡ ਆਫਿਸਰ ਆਇਆ ਅਤੇ ਉਹ ਦਰਵਾਜ਼ਾ ਖੋਲ੍ਹਿਆ, ਦੇਖਿਆ ਤਾਂ ਕਿ ਸੰਤ ਜਾਏ, ਕਹਿੰਦੇ ਕੋਈ ਗੱਲ ਨਹੀਂ ਤੁਸੀਂ ਜਾਓ, ਉੱਦਣ ਤੋਂ ਸ੍ਰੀ ਸਾਹਿਬ ਪਾਸ ਹੋਈ ਉਹ ਹੋਲੈਂਡ ਦੀ, ਸਾਰੇ ਸਿੰਘ ਉਦੋਂ ਤੋਂ ਪਾ ਕੇ ਜਾਂਦੇ, ਯਾਨੀ ਕਈ ਵਾਰੀ ਉਹਨਾਂ ਦਾ ਇਹ ਹੁੰਦਾ ਸੀ ਵੀ ਕਈ ਵਾਰੀ ਕੋਈ ਜਿਹੜੇ ਕੌਤਕ ਵੀ ਵਰਤਦੇ ਉਹਦੇ ਵਿੱਚ ਗੁਰੂ ਮਹਾਰਾਜ ਨੇ ਕੋਈ ਭਲਾ ਕਰਨਾ ਹੁੰਦਾ ਤੁਹਾਡਾ, ਵੀ ਤੁਹਾਨੂੰ ਕਾਲੇ ਨਹੀਂ ਪੈਣਾ ਚਾਹੀਦਾ ਅਤੇ ਓਵਰਟੇਕ ਨਹੀਂ ਕਿਸੇ ਚੀਜ਼ ਨੂੰ ਵੀ ਕਰਨਾ ਚਾਹੀਦਾ, ਕਿਸੇ ਦੀ ਗੱਲ ਨਾ ਲੱਦੋ, ਦੇਖ ਲਓ ਫਿਰ ਬਾਅਦ 'ਚ ਆ ਕੇ ਕਹਿੰਦੇ ਦੇਖ ਲਓ ਸ਼ਾਇਦ ਗੱਡੀ ਜੇ ਖਰਾਬ ਹੋਈ ਸੀ ਇਹ ਭਾਣਾ ਵਰਤਣਾ ਸੀ, ਗੁਰਸਿੱਖਾਂ ਨੂੰ ਕਿੰਨੀ ਹੈਲਪ ਹੋ ਗਈ, ਹੁਣ ਉੱਥੇ ਦੇਖ ਲਓ ਸ੍ਰੀ ਸਾਹਿਬ ਜਾ ਸਕਦੇ ਹੈਗੇ ਆ, ਕਿੰਨਾ ਫਾਇਦਾ ਹੋ ਗਿਆ, ਸੋ ਹਰ ਇੱਕ ਚੀਜ਼ ਨੂੰ ਜਿੱਦਾਂ ਗੁੱਸੇ ਨਾਲ ਨਹੀਂ ਸੀ, ਨਿਊਜ਼ੀਲੈਂਡ ਦੇ ਵਿੱਚ ਇੱਦਾਂ ਸੀ ਜਦੋਂ ਉੱਥੇ ਦਰਬਾਰ ਸਾਹਿਬ 'ਚ ਪਹਿਲਾ ਕੀਰਤਨ ਦਰਬਾਰ ਹੋਇਆ ਸੀ, ਉੱਥੇ ਸਿੰਘ ਚੇਹਰਾਂ 'ਤੇ ਬੈਠੇ ਸੀਗੇ, ਜਿਹੜੇ ਨਾਲ ਦੇ ਸਿੰਘ ਸੀ ਕੁਛ ਗਰਮ ਸਿੰਘ ਸੀਗੇ, ਉਹਨਾਂ ਨੂੰ ਜਿੱਦਾਂ ਬਹੁਤ ਜੋਸ਼ ਆ ਗਿਆ, ਭਾਈ ਸਾਹਿਬ ਤੁਸੀਂ ਮਰਜ਼ਾ ਕਹੋ ਸਹੀ, ਅਸੀਂ ਇੱਦਾਂ ਕਰਨੇ, ਉਹ ਸੋਚਦੇ ਸੀਗੇ ਨਾ ਜਿੱਦਾਂ ਇੰਗਲਿਸ਼ ਚਰਚ ਹੁੰਦੀ ਹੈ ਨਾ, ਚਰਚ ਟੋਪੀਆਂ ਗੋਰੀਆਂ ਟੋਪੀਆਂ ਲੈ ਕੇ ਨਾ ਕੁਰਸੀ ਲੈ ਕੇ ਨਾ ਉਹਨੂੰ ਚਰਚ ਵਾਂਗਰ ਸਰੂਪ ਬਣਾਇਆ ਸੀਗਾ, ਗੁਰੂ ਘਰ ਜਿੱਦਾਂ ਮਹਾਰਾਜ ਦਾ ਸਰੂਪ ਸੀਗਾ, ਉਹ ਕੁਰਸੀ ਵਿੱਚ ਅੰਦਰ ਦਰਬਾਰ ਸਾਹਿਬ ਦੇ ਵਿੱਚ ਬੈਠੇ ਸੀਗੇ, ਮਹਾਰਾਜ ਰੂਪ ਚਬਰ ਕੁਰਸੀ ਲੈ ਕੇ, ਕੁਰਸੀ ਲੈ ਕੇ ਪਰ ਟੋਪੀਆਂ ਪਾਈਆਂ ਸੀਗੀਆਂ ਇੰਗਲਿਸ਼ ਹੈਟ, ਸਿਆਣੇ ਬਜ਼ੁਰਗ ਸੀ ਬਹੁਤ ਪੁਰਾਣੇ ਗਏ ਉਹ ਨਾ, ਬਹੁਤ ਪਤਾ ਨਹੀਂ ਸੀ, ਫਿਰ ਹੌਲੀ ਹੌਲੀ ਹਫ਼ਤਾ ਭਰ ਕੀਰਤਨ ਚੱਲਿਆ, ਹੌਲੀ 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 ਉਹ ਕੁਛ ਆਪੇ ਹੀ ਹਟ ਗਏ, ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਜਿੱਦਾਂ ਫਿਰ 2-3 ਕੁ ਬਜ਼ੁਰਗ ਰਹਿ ਗਏ ਸੀ, ਕਹਿੰਦੇ ਦੇਖੋ ਇਹਨਾਂ ਤੋਂ ਤਾਂ ਬੈਠਿਆ ਨਹੀਂ ਜਾਂਦਾ, ਇਹਨਾਂ ਨੂੰ ਤੁਸੀਂ, ਉਹ ਕਹਿੰਦੇ ਨਹੀਂ ਨਹੀਂ ਅਸੀਂ ਇਹਨਾਂ ਨੂੰ ਨਹੀਂ ਕਹਿਣਾ ਜੋਗੇ, ਯਾਨੀ ਜੇ ਜਜ਼ਬਾਤ ਵਿੱਚ ਉਹ ਕਹਿੰਦੇ ਸਟੈਪ ਚੁੱਕਦੇ ਤਾਂ ਇਹਨਾਂ ਨੇ ਫੋਨ ਕਰ ਦੇਣਾ ਸੀ, ਪੁਲਿਸ ਨੇ ਆ ਜਾਣਾ ਸੀ, ਸਾਨੂੰ ਉਹਨਾਂ ਨੇ ਡਿਵੋਟ ਕਰ ਦੇਣਾ ਸੀਗਾ, ਜਿਹੜੇ ਅਸੀਂ ਮਕਸਦ ਲਈ ਤੁਰੇ ਸੀ ਉਹ ਖਤਮ ਹੋ ਜਾਣਾ ਸੀਗਾ, ਬਿਲਕੁਲ, ਸੋ ਇਹ ਚੀਜ਼ਾਂ ਸਹਿਜ 'ਚ ਰਹੇ ਅਤੇ ਉਹ ਜਿਹੜੀਆਂ ਮੁਸ਼ਕਲਾਂ ਸੀਆਂ ਉਹ ਗੁਰੂ ਮਹਾਰਾਜ ਨੇ ਆਪ ਹੀ ਹੱਲ ਕੀਤੀਆਂ, ਬਹੁਤ ਜਿੱਦਾਂ ਕਿੰਨੇ ਕੌਤਕ ਪਾਕਿਸਤਾਨ ਹੋਏ, ਕਿੰਨੇ ਇੱਧਰ ਵੀ ਰਾਸਤਿਆਂ ਦੇ ਵਿੱਚ ਹੋਣੇ, ਜਿੱਦਾਂ ਹੁਣ ਸਕੋਟਲੈਂਡ ਨੂੰ ਇੱਕ ਵਾਰੀ ਗਏ ਰਾਤ ਨੂੰ, ਕਾਫੀ ਲੇਟ ਸੀ ਰਾਤ, ਅਤੇ ਰਸਤਾ ਇਹਦੇ ਵਿੱਚ ਸਾਡੇ ਕੋਲੋਂ ਫੋਨ ਨੰਬਰ ਗੁਰਦੁਆਰਾ ਸਾਹਿਬ ਦਾ ਘਰ ਰਹਿ ਗਿਆ, ਕਹਿੰਦੇ ਕਿੱਦਾਂ ਹੋ ਗਈ, ਚਲੋ ਕਹਿੰਦੇ ਦੇਖੀ ਜਾਓ ਗੁਰੂ ਮਹਾਰਾਜ ਕਿਰਪਾ ਕਰੂਗੇ, ਜਦੋਂ ਅਸੀਂ ਉੱਥੇ ਸਕੋਟਲੈਂਡ ਪਹੁੰਚਦੇ ਹਾਂ ਅਤੇ ਇੱਕ ਸਿਕਿਉਰਿਟੀ ਗਾਰਡ ਆਪਣੀ ਡਿਊਟੀ 'ਤੇ ਬੈਠਾ, ਡਿਊਟੀ 'ਤੇ ਬੈਠਾ ਅਤੇ ਉਹਨੂੰ ਪੁੱਛਿਆ ਰਸਤਾ, ਭਾਈ ਸਾਹਿਬ ਅਸੀਂ ਹੈਰਾਨ ਵੀ ਉਹ ਸਿਕਿਉਰਿਟੀ ਗਾਰਡ ਕਹਿੰਦਾ ਵੀ ਤੁਸੀਂ ਵੇਟ ਕਰੋ, ਉਹ ਆਪਣਾ ਆਫਿਸ ਬੰਦ ਕੀਤਾ, ਸਾਡੇ ਮੂਹਰੇ ਗੱਡੀ ਲਈ ਅਤੇ ਸਾਨੂੰ ਗੁਰਦੁਆਰਾ ਸਾਹਿਬ ਛੱਡ ਕੇ ਆ ਗਿਆ,
ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਇੱਦਾਂ ਦੇ ਸਵਾਲ ਪੁੱਛ ਹੀ ਦੇਣੇ ਹੁੰਦੇ ਵੀ ਗੁਰੂ ਮਹਾਰਾਜ ਨੇ ਇੰਨੇ ਜਿੱਦਾਂ ਖੁਦ ਆਪਣੀ ਸੇਵਾ ਲੈਣੀ ਸੀ ਅਤੇ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਈ। ਹੁਣ ਕਈ ਵਾਰੀ ਮੈਨੂੰ ਵੀ ਤੁਹਾਨੂੰ ਕੋਈ ਯਾਦਗਾਰੀ ਗੱਲ ਯਾਦ ਆ ਰਹੀ? ਮੈਂ ਮੈਨੂੰ ਇੱਦਾਂ ਸੀਗਾ ਕਿ ਆਈ ਥਿੰਕ ਜਿਹੜਾ ਉਹਨਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਹਾਂਜੀ ਬਹੁਤ ਡਿਫਰੈਂਟ ਸੀਗਾ। ਹਾਂਜੀ ਹੁਣ ਜਿਸ ਤਰ੍ਹਾਂ ਹੁਣ ਉਹਨਾਂ ਨੇ ਇੱਦਾਂ ਨਹੀਂ ਕਦੇ ਫਰਕ ਕੀਤਾ ਸੀਗਾ ਜੇ ਤੁਸੀਂ ਅੰਮ੍ਰਿਤਧਾਰੀ ਆ ਜਾਂ ਨੋਨ ਅੰਮ੍ਰਿਤਧਾਰੀ। ਉਹਨਾਂ ਦਾ ਇਹ ਮਕਸਦ ਸੀਗਾ ਕਿ ਅਸੀਂ ਪ੍ਰੇਮ ਨਾਲ ਜੋੜਨਾ। ਹੁਣ ਮਲੇਸ਼ੀਆ ਦੇ ਵਿੱਚ ਵੀ ਜਿੰਨੇ ਸਿੰਘਾਂ ਨਾਲ ਮਿਲਿਆ, ਸਿੰਗਾਪੁਰ ਵੀ ਕਹਿੰਦੇ ਸੀਗੇ ਹਰੇਕ ਜਿਹਨਾਂ ਨੇ ਵੀ ਪ੍ਰਦਾਨਾ ਪ੍ਰਸ਼ਾਦੇ ਲਈ ਸੱਦਿਆ ਸੀਗਾ ਕਿਸੇ ਨੂੰ ਕਦੇ ਮੋੜਨਾ ਨਹੀਂ ਸੀਗਾ, ਪ੍ਰਸ਼ਾਦਾ ਵੀ ਛਕ ਲੈਣਾ ਹੈ ਨਾ। ਪਰ ਉਦੋਂ ਉਹਨਾਂ ਦੇ ਉਸ ਘਰਾਂ 'ਚ ਜਾਣ ਦਾ ਮਕਸਦ ਸੀਗਾ ਕਿ ਇਹਨਾਂ ਨੂੰ ਸਿੱਖੀ ਵੱਲ ਲਿਆਉਣੀ ਹੈ। ਹੁਣ ਕਈ ਨਾਲ ਦੇ ਸਿੰਘ ਹੁੰਦੇ ਸੀ, ਕਹਿੰਦੇ ਹੁੰਦੇ ਸੀਗੇ ਕਿ ਉਹ ਅੰਮ੍ਰਿਤਧਾਰੀ ਨਹੀਂ ਹੈਗੇ ਜਾਂ ਉਹ ਖਾਣ ਪੀਣ ਵਾਲੇ ਬੰਦੇ ਹੈਗੇ ਨਾ। ਪਰ ਡੈਡੀ ਹੁਣਾਂ ਦਾ ਇਹ ਸੀਗਾ ਕਿ ਨਹੀਂ, ਜੇ ਅਸੀਂ ਜਾਊਂਗੇ ਉਹ ਸਿੱਖੀ ਵੱਲ ਥੋੜ੍ਹੇ ਵੱਲ ਆਉਂਗੇ, ਸਾਨੂੰ ਪਿਆਰ ਨਾਲ ਉਹਨਾਂ ਨਾਲ ਜਾਣਾ ਚਾਹੀਦਾ ਹੈ। ਐਂਡ ਆਈ ਥਿੰਕ ਇਹੀ ਮੈਂ ਬਹੁਤ ਗੱਲਾਂ ਮੈਨੂੰ ਹੁਣ ਆਈ ਥਿੰਕ ਇਸ ਸਮੇਂ ਵਿੱਚ ਜਿੱਦਾਂ ਯਕੀਨ ਆ ਰਿਹਾ ਕਿ ਜਿੱਦਾਂ ਜੇ ਅਸੀਂ ਗੁਰੂ ਸਾਹਿਬ ਜੀਵਨ ਵੀ ਦੇਖੋ, ਹੁਣ ਜਦੋਂ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਸਾਹਿਬ ਜੀ ਪਿਰਤਾਂ ਪਾਈਆਂ, ਪਿਰਤਾਂ ਤਾਂ ਸਿੱਖਾਂ ਨੇ ਉਹੀ ਕਰਨੀਆਂ, ਉਹੀ ਮੱਕਾ ਮਦੀਨਾ ਗਏ, ਆਪਣਾ ਪਹਿਰਾ ਚੇਂਜ ਕੀਤਾ, ਖਾਣਾ ਉੱਥੇ ਕਿਹੜੇ ਅੰਮ੍ਰਿਤਧਾਰੀਆਂ ਦੇ ਹੱਥੋਂ ਦਾ ਖਾਣਾ ਸੀਗਾ। ਉਹ ਮਕਸਦ ਸੀਗਾ ਕਿ ਅਸੀਂ ਗੁਰੂ ਦੀ ਗੱਲ ਲੈ ਕੇ ਜਾਣੀ, ਉਹ ਸੰਗਤ ਨੂੰ ਗੁਰੂ ਸਾਹਿਬ ਸਿੱਖ ਨੇ ਉਹ ਕੁਛ ਹੀ ਕਰਨਾ ਹੁੰਦਾ ਜੋ ਪਿਰਤਾਂ ਗੁਰੂ ਸਾਹਿਬ ਪਾ ਗਏ, ਸੋ ਜਿਹੜੀਆਂ ਪਿਰਤਾਂ ਗੁਰੂ ਸਾਹਿਬ ਪਾ ਕੇ ਗਿਆ ਸੀ ਉੱਤੋਂ ਸੇਧ ਮਿਲਦੀ ਹੈ ਸਾਨੂੰ ਜੋ ਪ੍ਰਚਾਰ ਦੀਆਂ ਪਿਰਤਾਂ ਗੁਰੂ ਨਾਨਕ ਸਾਹਿਬ ਨੇ ਪਾਈਆਂ, ਬਿਲਕੁਲ ਉਹਨਾਂ ਪਿਰਤਾਂ ਤੋਂ ਸੇਧ ਲੈ ਕੇ ਉਹ ਬਿਲਕੁਲ ਉਸੇ ਸਹਿਜ ਦੇ ਵਿੱਚ ਵਿਚਰੇ ਤਾਂ ਕਿ ਗੁਰੂ ਦੀ ਗੱਲ ਹੋ ਸਕੇ, ਗੁਰੂ ਦੀਆਂ ਪਾਈਆਂ ਪਿਰਤਾਂ 'ਤੇ ਤੁਰ ਕੇ ਗੁਰੂ ਦੇ ਦੱਸੇ ਰਸਤੇ 'ਤੇ ਤੁਰ ਕੇ। ਹਾਂਜੀ ਸੋ ਇਹ ਬਹੁਤ ਯਕੀਨ ਜੇ ਆ ਰਿਹਾ ਨਾਲੇ ਆਈ ਥਿੰਕ ਜਿੰਨੇ ਵੀ ਸਿੰਘ ਹੁਣ ਖਿਆਲ ਕਰਦੇ ਕਿ ਉੱਦਣ ਦਾ ਮਾਹੌਲ, ਉੱਦਣ ਦੀ ਸੰਗਤ, ਉਹਨਾਂ ਦਾ ਵਰਤਮਾਨ ਜਿਹੜਾ ਸਮਾਂ ਉਹ ਬੀਤਿਆ ਗਿਆ ਸੀਗਾ, ਉਹ ਪਤਾ ਨਹੀਂ ਇੰਨਾ ਖੁਸ਼ ਨਸੀਬ ਸਮਾਂ ਸੀਗਾ ਕਿ ਇੰਨਾ ਇੰਨੇ ਸੰਗਤਾਂ ਦੇ ਵਿੱਚ ਇੰਨਾ ਪਿਆਰ ਸੀਗਾ। ਜਿੰਨੇ ਵੀ ਉਸ ਵੇਲੇ ਲੜ ਲੱਗੇ ਹੋ ਸੀਗੇ, ਸਿੱਖੀ ਵੱਲ ਆਏ ਸੀਗੇ, ਉਹ ਇੱਕ ਪਰਿਵਾਰ ਦੇ ਤੌਰ 'ਤੇ ਹੁਣ ਜਦੋਂ ਵੀ ਅਸੀਂ ਹੁਣ ਯੂਰਪ ਜਾਂਦੇ ਸਾਡੇ ਨਾਲ ਇੰਨਾ ਪਿਆਰ ਆ ਨਾ, ਉਹ ਉਹ ਇੰਨਾ ਪਿਆਰ ਹੈ ਕਿ ਆਪਣੇ ਰਿਸ਼ਤੇਦਾਰਾਂ ਨਾਲ ਵੱਧ ਜ਼ਿਆਦਾ ਪਿਆਰ ਆ ਉਹ, ਕਿਉਂਕਿ ਉਸ ਰਹਿਣ ਦੇ ਨਾਲ ਅਸੀਂ ਇੱਕ ਇੱਕ ਗੁਰਸਿੱਖ ਪਰਿਵਾਰ ਰਹਿਣ ਦੇ ਨਾਲ ਸਾਡੇ ਪਿਆਰ ਸਾਡਾ ਸੰਬੰਧ ਉਹਨਾਂ ਦਾ ਇੱਦਾਂ ਹੀ ਸੀਗਾ। ਹੁਣ ਦਿਨ ਹੁਣ ਹੁਣ ਮੈਂ ਕਈ ਸਾਲਾਂ ਮਗਰੋਂ ਵੀ ਆਈ ਹਾਂ, ਹੁਣ ਹਜੇ ਵੀ ਤੱਕ ਇੰਨਾ ਪਿਆਰ ਹੈਗਾ। ਮੈਂ ਇਸ ਸਾਲ ਆਸਟ੍ਰੇਲੀਆ ਜਾ ਕੇ ਆਇਆ, ਉੱਥੇ ਸੀ ਚੇਚੇ ਤੌਰ 'ਤੇ ਉਹਨੂੰ ਯਾਦ ਕਰ ਰਿਹਾ ਸੀ, ਭਾਈ ਸਾਹਿਬ ਨੂੰ ਯਾਦ ਕਰ ਰਹੇ, ਤੁਹਾਡਾ ਜ਼ਿਕਰ ਕਰ ਰਹੇ ਸੀਗੇ ਅਤੇ ਬਹੁਤ ਜਿਹੜਾ ਇਸ਼ੂ ਕੱਢਿਆ ਸੀ ਆਪਾਂ ਉਹਨਾਂ ਨੂੰ, ਮੈਂ ਕਿਹਾ ਮੈਂ 2002 'ਚ ਕੱਢਿਆ ਸੀ ਉਹ ਇਸ਼ੂ ਪੇਪਰ ਦਾ, ਇਹ ਨਵੰਬਰ 2002 'ਚ ਉਹਨਾਂ ਦੀ ਸ਼ਾਇਦ ਦੂਜੀ ਬਰਸੀ ਸੀ ਉਹ, ਅਤੇ ਉਹ 2002 'ਚ ਕੱਢੇ ਪੇਪਰ ਦੇ ਇਸ਼ੂ ਨੂੰ ਹਾਲੇ ਵੀ ਯਾਦ ਕਰ ਰਹੇ ਸੀਗੇ। ਸੋ ਇੰਨਾ ਪਿਆਰ ਸਿੰਘ ਕਰਦੇ ਨੂੰ, ਆਸਟ੍ਰੇਲੀਆ ਦੀ ਮੈਂ ਗੱਲ ਕਰ ਰਿਹਾ, ਇਟਲੀ ਗਏ ਉੱਥੇ ਰਿਜ਼ੂ ਮਿਲਿਆ ਉਹਨਾਂ ਦੀ ਗੱਲਾਂ ਹੋਈਆਂ, ਸੋ ਇਹ ਤਾਂ ਬੜੀ ਵੱਡੀ ਗੱਲ ਹੈ ਲੋਕ ਉਹਨਾਂ ਨੂੰ। ਮੈਂ ਸੋਚਦਾ ਕਿ ਜਿੰਨੀ ਉਹਨਾਂ ਦੀ ਦੇਣ ਹੈ ਇਹ ਉਹਨਾਂ ਨੂੰ ਜਿਹੜਾ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਵੀ ਕੀਤੀ, ਪਰ ਜਿਹੜੇ ਬੱਚਿਆਂ ਨੂੰ ਸਿੱਖੀ ਨਾਲ ਲਾ ਉਹ ਬਿਲਕੁਲ ਉਹਨਾਂ ਨੂੰ ਨਹੀਂ ਭੁੱਲ ਸਕਦੇ, ਉਹ ਬੂਟਾ ਲਾ ਦਿੱਤਾ ਹਾਂਜੀ ਹੈ ਨਾ। ਹੁਣ ਉਹਨਾਂ ਦੇ ਜੀਵਨ ਬਾਰੇ ਲਿਖਣ ਦਾ ਇਹ ਮਕਸਦ ਹੈਗਾ ਕਿ ਸਾਨੂੰ ਵੀ ਉਹਨਾਂ ਦੇ ਜੀਵਨ ਬਾਰੇ ਸੇਧ ਲਈਏ ਹੈ ਨਾ, ਕਿਸ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਕੱਟਿਆ, ਕਦੇ ਕਿਸੇ ਨੇ ਕੌੜਾ ਬੋਲ ਨਹੀਂ ਬੋਲਿਆ, ਇੰਨੀ ਮਿਠਾਸ, ਇੰਨੀ ਨਿਮਰਤਾ, ਕਦੇ ਨਹੀਂ ਉਹਨਾਂ ਨੇ ਆਪਣੇ ਆਪ ਨੂੰ ਵੱਡਾ ਨਹੀਂ ਕਹਾਇਆ ਭਾਈ ਸਾਹਿਬ ਦੇ ਤੌਰ 'ਤੇ। ਹੁਣ ਜਿਹੜੇ ਵੀ ਉਹਨਾਂ ਨੂੰ ਬਹੁਤ ਵੱਧ ਘੱਟ ਵੀ ਬੋਲਦੇ ਸੀਗੇ, ਉਹਨਾਂ ਦੇ ਨਿੰਦਿਆ ਵੀ ਕਰਦੇ ਸੀਗੇ, ਉਹਨਾਂ ਨੇ ਆਪਣੇ ਮੂੰਹ ਤੋਂ ਉਹਨਾਂ ਦੇ ਬੁਰਾ ਨਹੀਂ ਕਦੇ ਕਿਹਾ, ਆਪੇ ਚੁੱਪ ਕੀਤੇ ਚੱਲਣਾ ਹੈ ਨਾ। ਹੁਣ ਜੇ ਸੋਚਿਆ ਜਾਵੇ ਹੁਣ ਅੱਜ ਕੱਲ੍ਹ ਤਾਂ ਕੋਈ ਨਹੀਂ ਆਪਣੇ ਆਪ ਨੂੰ ਇੱਦਾਂ ਕਹਾਉਂਦੇ ਹੈਗੇ, ਰਿਐਲਿਟੀ ਇਸ ਹੈ ਨਾ। ਬਿਕੋਜ਼ ਪਰ ਜਿਹੜੇ ਡੈਡੀ ਹੁਣ ਦਾ ਸੁਭਾਅ ਸੀਗਾ ਕਿ ਇੰਨੇ ਗੁਣ ਸੀਗੇ ਨਾ ਕਿ ਆਈ ਥਿੰਕ ਅੱਜ ਕੱਲ੍ਹ ਬਹੁਤ ਘੱਟ ਹੈਗੇ ਕਿ ਜੇ ਆਪਣਾ ਸਰੂਪ, ਆਪਣਾ ਰਹਿਣੀ ਬਹਿਣੀ, ਸੋਚ, ਗੁਰਮਤ, ਆਪਣਾ ਇਹਨਾਂ ਧਨ ਮਨ ਲਾ ਕੇ ਉਹ ਸਰੂਪ ਹੀ ਬਣ ਗਿਆ ਸੀਗਾ ਕਿ ਅਸੀਂ ਉਹਨਾਂ ਦੇ ਜੀਵਨ ਦੇ ਸਿਹਤ ਲਈ ਹੈ। ਅਸੀਂ ਨੌਜਵਾਨਾਂ ਵੀ ਕਹੀਏ, ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ, ਇੰਗਲੈਂਡ ਦੇ ਵਿੱਚ ਤੁਹਾਡੇ ਜੰਪਰ, ਯੂਰਪ ਵਿੱਚ ਇਹਨਾਂ ਅਮੈਰੀਕਾ, ਆਸਟ੍ਰੇਲੀਆ, ਐਨੀਵੇਅਰ ਹੈ ਨਾ, ਤੁਸੀਂ ਆਪਣੇ ਜੀਵਨ ਕਮਾ ਸਕਦੇ ਹਾਂ। ਹੁਣ ਡੈਡੀ ਹੁਣਾਂ ਨੇ ਆਪਣੇ ਬਾਹਰਲੇ ਦੇਸ਼ਾਂ ਦੇ ਵਿੱਚ ਪੜ੍ਹਾਈ ਵੀ ਕੀਤੀ, ਨੌਕਰੀ ਵੀ ਕੀਤੀ, ਪਰਿਵਾਰ ਦੇ ਵਿੱਚ ਵੀ ਰਹੇ, ਇੱਦਾਂ ਵੀ ਨਹੀਂ ਪਰਿਵਾਰ ਦੇ ਵਿੱਚ ਇਹਨਾਂ ਛੱਡ ਕੇ ਪ੍ਰਚਾਰ ਕੀਤਾ, ਐਂਡ ਆਪਣਾ ਘਰ ਬਾਰ ਵੀ ਚਲਾਇਆ, ਨਾਲ ਪ੍ਰਚਾਰ ਵੀ ਕੀਤਾ। ਇਹ ਸਾਰੀਆਂ ਚੀਜ਼ਾਂ ਹੋ ਸਕਦੀਆਂ ਹੈ ਨਾ, ਪਰ ਇਹ ਆਈ ਥਿੰਕ ਰੀਅਲਾਈਜੇਸ਼ਨ ਹੁੰਦੀ ਕਿ ਅਸੀਂ ਉਹਨਾਂ ਦੇ ਗੁਰਸਿੱਖਾਂ ਦੇ ਜੀਵਨ ਬਾਰੇ ਅਸੀਂ ਸੇਧ ਲਈਏ, ਨਾਲੇ ਅਸੀਂ ਕੋਸ਼ਿਸ਼ ਕਰੀਏ ਕਿ ਉਹਨਾਂ ਦੇ ਵਾਂਗਰ ਵੀ ਸਾਡਾ ਜੀਵਨ ਬਣੇ।
ਮੈਂ ਕਿਉਂਕਿ ਆਪਾਂ ਵਾਰ ਵਾਰ ਪਾਕਿਸਤਾਨ ਦੀ ਗੱਲ ਕੀਤੀ ਉਹ ਤਕਰੀਬਨ 10 ਸਾਲ ਲਗਾਤਾਰ ਨਨਕਾਣਾ ਸਾਹਿਬ ਜਾਂਦੇ ਰਹੇ ਆਉਂਦੇ ਰਹੇ ਅਤੇ ਮੈਨੂੰ ਜੇ ਯਾਦ ਆਉਂਦਾ ਵੀ ਜਦੋਂ ਨਨਕਾਣਾ ਸਾਹਿਬ ਤੋਂ ਹੀ ਆ ਰਿਹਾ ਸੀ ਉਹ ਬਾਰਡਰ ਕ੍ਰੋਸ ਕਰਕੇ ਜਦੋਂ ਬਾਹਰ ਹਾਂਜੀ ਕੇ ਆਖਰੀ ਇੰਡੀਆ ਟਾਈਮ ਪਾਕਿਸਤਾਨ ਦੇ ਗੁਰਦੁਆਰਾ ਦਾ ਦਰਸ਼ਨ ਕਰਕੇ ਆਇਆ ਸੀ ਜਦੋਂ ਅੰਤਿਮ ਸਮਾਂ ਆਇਆ ਤੁਸੀਂ ਉਦੋਂ ਨਾਲ ਸੀ ਹਾਂਜੀ ਅਤੇ ਕਿੱਦਾਂ ਮਾੜੀ ਜਿਹੀ ਯਾਦ ਜੇ ਜਿੱਦਾਂ ਅਸੀਂ ਉੱਥੋਂ ਜਦੋਂ ਤੁਰੀਦਾ ਸੀ ਹਮੇਸ਼ਾ ਭੋਗ ਤੋਂ ਬਾਅਦ ਹੀ ਆਉਂਦੇ ਹੁੰਦੇ ਸੀਗੇ ਉਸ ਦਿਨ ਉਹਨਾਂ ਨੇ ਕਹਿਤਾ ਨਹੀਂ ਅਸੀਂ ਅੱਜ ਹੀ ਜਾਣਾ ਭੋਗ ਤੱਕ ਨਹੀਂ ਰਹਿਣਾ ਯਾਨੀ ਕਿ ਨਹੀਂ ਰਹਿਣਾ ਨਹੀਂ ਅੱਜ ਹੀ ਜਾਣਾ ਮੈਨੂੰ ਬਹੁਤ ਜਿੱਦਾਂ ਥੋੜ੍ਹੀ ਜਿਹੀ ਪਰੇਸ਼ਾਨੀ ਵੀ ਹੋਈ ਪਰ 2 ਦਿਨ ਪਹਿਲਾਂ ਜਿੱਦਾਂ ਬਾਹਰ ਯਾਤਰਾ 'ਤੇ ਨਹੀਂ ਗਏ ਸੀਗੇ 2 ਦਿਨ ਅੰਦਰ ਹੀ ਰਹੇ ਸੁਖਨੀ ਸਾਹਿਬ ਦਾ ਪਾਠ ਕਰਦੇ ਰਹੇ ਰਾਤ ਨੂੰ ਕੋਈ ਸਿਹਤ ਢਿੱਲੀ ਸੀ ਕਿ ਨਹੀਂ ਨਹੀਂ ਉਹਨੇ ਸ਼ੋਰ ਨਹੀਂ ਕੀਤਾ ਬਿਲਕੁਲ ਨਹੀਂ ਸ਼ੋਰ ਕੀਤਾ ਪਰ ਚੁੱਪ ਰਹੇ ਆ ਚੁੱਪ ਰਹੇ ਸੀ ਚੁੱਪ ਰਹੇ ਆ ਪਰ ਬਾਹਰ ਨਹੀਂ ਗਏ ਕੋਚ ਵਿੱਚ ਜਿੱਦਾਂ ਗੁਰੂ ਧਾਮਾਂ ਦੇ ਯਾਤਰਾ ਨਹੀਂ ਗਏ ਬਹੁਤਾ ਮਿਲੇ ਵੀ ਨਹੀਂ ਕਿਸੇ ਨੂੰ ਜਿੱਦਾਂ ਅਤੇ ਅੰਦਰੋਂ ਭਾਵੇਂ ਉਹਨਾਂ ਨੂੰ ਫੀਲਿੰਗ ਹੋ ਗਈ ਉਹ ਵਾਹਿਗੁਰੂ ਜਾਣੇ ਜਿੱਦਾਂ ਨਾ ਪਰ ਫਿਰ ਜਦੋਂ ਉਹਨਾਂ ਨੇ ਕਿਹਾ ਸੀ ਨਾ ਜਾਣਾ ਅੱਜ ਹੀ ਜਾਣਾ ਸਿੰਘਾਂ ਨੇ ਵੀ ਪੁੱਛਿਆ ਅਤੇ ਭਈ ਅੱਜ ਤੁਸੀਂ ਨਾ ਜਾਵੋ ਅੱਜ ਭੋਗ ਤੇ ਅੱਟ ਕੇ ਭਈ ਰੌਣਕਾਂ ਲੱਗਣੀਆਂ ਨਹੀਂ ਕਹਿੰਦੇ ਜ਼ਰੂਰੀ ਕੰਮ ਆ ਹਾਂਜੀ ਹਾਂਜੀ ਜ਼ਰੂਰੀ ਕੰਮ ਕਹਿ ਕੇ ਉੱਥੋਂ ਛੁੱਟੀ ਲੈ ਲਈ ਹਾਂਜੀ ਹਾਂਜੀ ਪੱਟੀ ਸਾਹਿਬ ਤੋਂ ਅਸੀਂ 12 ਵਜੇ ਤੁਰੇ ਹਾਂ ਅਤੇ ਮੈਂ ਇੰਨਾ ਵੀ ਕਿਹਾ ਵੀ ਹੁਣ ਬਾਰਡਰ ਬੰਦ ਹੋ ਜਾਣਾ ਆ ਆਪਾਂ ਨੂੰ ਮੰਨਣਾ ਨਹੀਂ ਕਹਿੰਦੇ ਬਾਰਡਰ ਖੁੱਲ੍ਹਾ ਹੋਣਾ ਹਾਂਜੀ ਹਾਂਜੀ ਫਿਰ ਅਸੀਂ ਉੱਥੋਂ ਟੈਕਸੀ ਲੈ ਕੇ ਆ ਗਏ ਬਾਰਡਰ ਦੇ ਉੱਤੇ ਜਦੋਂ ਬਾਰਡਰ 'ਤੇ ਅਸੀਂ ਆਏ ਹਾਂ ਉਦੋਂ ਥੋੜ੍ਹੇ ਜਿਹੇ ਜਿੱਦਾਂ ਹੌਲੀ ਤੁਰਦੇ ਸੀ ਜਿੱਦਾਂ ਚੁੱਪ ਰਹਿੰਦੇ ਸੀ ਇਸ ਕਰਕੇ ਵੀ ਸ਼ਾਇਦ ਹੋ ਸਕਦਾ ਸਾਨੂੰ ਨਹੀਂ ਸਮਝ ਲੱਗੀ ਜਿੱਦਾਂ ਨਾ ਅਤੇ ਇਹ ਗੱਲ ਉਹਨਾਂ ਨੇ ਕਹੀ ਵੀ ਅਸੀਂ ਕਹਿੰਦੇ ਮੈਂ ਸਮਾਨ ਨਹੀਂ ਚੱਕਣਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਚਲੋ ਪਾਸਪੋਰਟ ਤਾਂ ਚੱਕ ਲਉਂਗੇ ਅਤੇ ਹੱਸ ਪਏ ਬੜੇ ਸੋਹਣੇ ਹਾਂਜੀ ਉਹਨਾਂ ਨੇ ਹੌਲੀ ਹੌਲੀ ਬਾਰਡਰ ਕ੍ਰੋਸ ਕੀਤਾ ਅਤੇ ਫਿਰ ਅਸੀਂ ਇੱਥੇ ਆ ਕੇ ਬਾਰਡਰ 'ਤੇ ਜਿੱਦਾਂ ਸਿਕਿਉਰਿਟੀ ਕਰਾ ਕੇ ਅਤੇ ਮੈਂ ਗੱਡੀ ਦੇਖਣ ਗਈ ਹਾਂ ਅਤੇ ਉਹਨੇ ਚਿਰ ਫਿਰ ਉਹਦਾ ਥੋੜ੍ਹਾ ਲੰਮੇ ਪੈ ਗਿਆ ਬੈਂਚ 'ਤੇ ਅਤੇ ਅਸੀਂ ਪੁੱਛਿਆ ਕੁਛ ਛੱਕਣਾ ਕਹਿੰਦੇ ਨਹੀਂ ਕੁਛ ਨਹੀਂ ਛੱਕਣਾ ਘਰ ਜਾ ਕੇ ਛੱਕਣਾ ਬਸ ਉੱਥੋਂ ਗੱਡੀ ਕਰਕੇ ਅਸੀਂ ਤੁਰ ਪਏ ਹਾਂ ਫਿਰ ਜਦੋਂ ਜਲੰਧਰ ਬਾਈਪਾਸ 'ਤੇ ਆਏ ਹਾਂ ਉਦੋਂ ਫਿਰ ਥੋੜ੍ਹਾ ਜਿਹਾ ਜਿੱਦਾਂ ਜ਼ਿਆਦਾ ਹੋ ਗਿਆ ਫੀਲਿੰਗ ਜਿੱਦਾਂ ਨਾ ਅਤੇ ਫਿਰ ਪਰ ਇੱਕ ਚੀਜ਼ ਦਾ ਮੈਨੂੰ ਹੈਰਾਨੀ ਆਉਂਦੀ ਆ ਵੀ ਜਦੋਂ ਅਸੀਂ ਪੰਜਾਬ ਸਾਹਿਬ ਤੋਂ ਤੁਰੇ ਸੀ ਕਦੀ ਜਲ ਨਹੀਂ ਸੀ ਲੈ ਕੇ ਆਉਂਦਾ ਐਤਕੀ ਉਹਨਾਂ ਨੇ ਉਚੇਚਾ ਗਿਆ ਸੀ ਥੋੜ੍ਹਾ ਜਲ ਲੈ ਲਓ ਠੀਕ ਹਾਂਜੀ ਅਤੇ ਉਹ ਫਿਰ ਜਦੋਂ ਗੱਡੀ ਖੜੀ ਕਰਾਈ ਫਿਰ ਇਹਨਾਂ ਨੇ ਕਿਹਾ ਕਹਿੰਦੇ ਮੈਂ ਜਲ ਦੂਜੀ ਬੋਤਲ ਦਾ ਦਿੰਦੇ ਕਹਿੰਦੇ ਦੂਸਰਾ ਜਲ ਜਿਹੜਾ ਪੰਜਾਬ ਸਾਹਿਬ ਤੋਂ ਆਉਂਦਾ ਉਹ ਦਿਓ ਉਹੀ ਜਲ ਉਹਨਾਂ ਨੇ ਪੀਤਾ ਉਹੀ ਜਲ ਛਿੱਟੇ ਵੀ ਮਾਰੇ ਆ ਜਿੱਦਾਂ ਸਿਮਰਨ ਖਾਧੇ ਰਹੇ ਫਿਰ ਅਸੀਂ ਕਿਹਾ ਹੁਣ ਹੋਸਪਿਟਲ ਜਾਂਦੇ ਹਾਂ ਤੁਸੀਂ ਠੀਕ ਨਹੀਂ ਲੱਗਦੇ ਕਹਿੰਦੇ ਨਹੀਂ ਘਰੇ ਚਲੋ ਘਰੇ ਚਲੋ ਫਿਰ ਮੈਂ ਫਿਰ ਵੀ ਡਰਾਈਵਰ ਨੂੰ ਕਹਿਤਾ ਮੈਂ ਕਿਹਾ ਨਹੀਂ ਹੋਸਪਿਟਲ ਆਉਂਦਾ ਇੱਕ ਸਿੰਘ ਸੀ ਨਾਲ ਡੈਨਮਾਰਕ ਤੋਂ ਅਤੇ ਅਸੀਂ ਸਿੱਧੇ ਹੋਸਪਿਟਲ ਚਲ ਗਏ ਅਤੇ ਹੋਸਪਿਟਲ ਦੇ ਵਿੱਚ ਵੀ ਇੰਨਾ ਕੁਤਕ ਹੋਇਆ ਅਸੀਂ ਹੈਰਾਨ ਹਾਂ ਵੀ ਉੱਥੇ ਲਾਈਟ ਜਗਦੀ ਸੀ ਅੰਦਰ ਡਾਕਟਰ ਦੀ ਸਰਜਰੀ ਸੀ ਅਤੇ ਮੈਂ ਉਹਨੂੰ ਇੱਦਾਂ ਦੱਸਿਆ ਵੀ ਅਸੀਂ ਇੱਦਾਂ ਇੱਦਾਂ ਨਨਕਾਣਾ ਸਾਹਿਬ ਤੋਂ ਆਏ ਹਾਂ ਉਹ ਗੱਡੀ ਵਿੱਚ ਇਹ ਦੇਖਣ ਆਇਆ ਹਾਂਜੀ ਅਤੇ ਜਦੋਂ ਦੇਖਿਆ ਉਹਨੂੰ ਤਾਂ ਪਤਾ ਲੱਗ ਗਿਆ ਹੋਊਗਾ ਵੀ ਸ਼ਾਇਦ ਨਹੀਂ ਅਵਸਥਾ ਠੀਕ ਹੈ ਉਹ ਸਰਜਰੀ ਭਾਈ ਸਾਹਿਬ ਜੀ ਹੁਣ ਬੰਦ ਕੀਤੀ ਆਪਣੀ ਅਤੇ ਸਾਡੀ ਗੱਡੀ 'ਚ ਬੈਠ ਗਿਆ ਹਾਂਜੀ ਅਤੇ ਸਾਨੂੰ ਸਿੱਧਾ ਆਪੇ ਹਸਪਤਾਲ ਲੈ ਗਿਆ ਆਪੇ ਦਾਖਲ ਕਰਾ ਦਿੱਤਾ ਅੱਛਾ ਮੈਨੂੰ ਹੈਰਾਨ ਹੈ ਵੀ ਮੈਨੂੰ ਕਈਆਂ ਨੇ ਬਾਅਦ 'ਚ ਸਵਾਲ ਪੁੱਛੇ ਵੀ ਭੈਣ ਜੀ ਤੁਹਾਤੋਂ 1000 ਜਮ੍ਹਾਂ ਕਰਵਾਇਆ ਸੀ ਦਾਖਲ ਕਰਨ ਦਾ ਉਹਨਾਂ ਨੇ ਮੈਂ ਕਿਹਾ ਮੈਨੂੰ ਤਾਂ ਪਤਾ ਵੀ ਨਹੀਂ ਕੌਣ ਮੇਰੇ ਨਾਲ ਆ ਕੇ ਮੈਨੂੰ ਕੌਣ ਹਸਪਤਾਲ ਦੇ ਵਿੱਚ ਲੈ ਗਿਆ ਕੋਈ ਪੈਨੀ ਨਹੀਂ ਲੱਗੀ ਕੋਈ ਕਿਸੇ ਨੇ ਮੈਨੂੰ ਪੁੱਛਿਆ ਵੀ ਨਹੀਂ ਵੀ ਪਾਸਪੋਰਟ ਕਿੱਥੇ ਆ ਕਿੱਥੇ ਤੁਹਾਡਾ ਘਰ ਬਾਰ ਵਾ ਕੁਛ ਨਹੀਂ ਦਾਖਲ ਕਰਨ ਤੋਂ ਬਾਅਦ ਫਿਰ ਮੈਨੂੰ ਉਹਨਾਂ ਨੇ ਅੰਦਰ ਸੱਦਿਆ ਅਤੇ ਉਹਨਾਂ ਨੇ ਪੁੱਛਿਆ ਵੀ ਦਵਾਈ ਦਵੂਈ ਕਿਹੜੀ ਲੈਂਦੇ ਸੀਗੇ ਜਿੱਦਾਂ ਸ਼ੂਗਰ ਦੀ ਸੀਗੀ ਨਾ ਪ੍ਰੋਬਲਮ ਆਉਂਦੀ ਉਹ ਗੋਲੀ ਲੈਂਦੇ ਸੀ ਕਿਉਂਕਿ ਬਹੁਤ ਲੰਬੀ ਉਹਨਾਂ ਦੀ ਡਰਾਈਵਿੰਗ ਸੀ ਬਹੁਤ ਬਹੁਤ ਲੰਬੀ ਜ਼ਿਆਦਾ ਬੈਠਕ ਹੋਇਆ ਕਰਦੀ ਸੀ ਜੇ ਕੀਰਤਨ ਕਰਨ ਬੈਠ ਗਿਆ ਕਈ ਕਈ ਘੰਟੇ ਕੀਰਤਨ ਕਰ ਰਿਹਾ ਸੀ ਕਥਾ ਵਾਰਤਾ ਕਰ ਰਿਹਾ ਫਿਰ ਸਿੰਘ ਬੈਠਣ ਆ ਗਿਆ ਔਰ ਬੈਠ ਰਿਹਾ ਸਾਰੀ ਸਾਰੀ ਰਾਤ ਦੀ ਡਰਾਈਵਿੰਗ ਆ ਬਾਅਦ ਜਦੋਂ ਸਰੀਰ ਦੇ ਉਹਨੇ ਦੇਖੀ ਨਹੀਂ ਸਰੀਰ ਦੇਖਿਆ ਦੇਖਿਆ ਹੀ ਨਹੀਂ ਸੀਗਾ ਕਿਉਂਕਿ ਮੈਂ ਤਾਂ ਆਪ ਕਈ ਵਾਰੀ ਹੈਰਾਨ ਹੁੰਦਾ ਸੀ 18-18 ਘੰਟੇ ਤੁਸੀਂ ਇੱਕ ਜਾਂ ਇੱਕ ਸਿੰਘ ਮਿਲ ਕੇ ਚਲ ਗਿਆ ਅਤੇ ਦੂਜਾ ਆ ਰਿਹਾ ਪਰ ਇਹ ਤਾਂ ਇਕੱਲੇ ਬੈਠੀ ਆ ਨਾ ਸੋ 18-18 ਘੰਟੇ ਬੈਠੇ ਕਿ ਜਿਹੜੀ ਸੀ ਉਹਨਾਂ ਨੇ ਸਰੀਰ 'ਤੇ ਅਸਰ ਤਾਂ ਕਰਨਾ ਸੀ ਕਿਉਂਕਿ ਸੂਕਸ਼ਮ ਸਰੀਰ ਜਿਹੜਾ ਉਹਦੀ ਗੱਲ ਹੋਰ ਪਰ ਸਥੂਲ ਸਰੀਰ ਨੂੰ ਤਾਂ ਦੁਨੀਆ ਦੇ ਸਾਰਾ ਕੁਛ ਚਾਹੀਦਾ ਹੁੰਦਾ ਨਾ ਉਹਨੂੰ ਸੈਰ ਵੀ ਚਾਹੀਦੀ ਉਹਨੂੰ ਵਰਜੀ ਵੀ ਚਾਹੀਦੀ ਐਕਸਰਸਾਈਜ਼ ਵੀ ਚਾਹੀਦੀ ਸਾਰਾ ਕੁਛ ਚਾਹੀਦੀ ਪਰ ਉਹ ਸੂਕਸ਼ਮ ਸਰੀਰ ਦੇ ਆਸਰੇ ਹੀ ਇਹ ਦੁਨੀਆ 'ਚ ਇੱਕ ਤਰ੍ਹਾਂ ਇੰਨਾ ਦੇ ਵਿਚਰੇ ਆ ਇੰਨਾ ਹਾਂਜੀ ਸੋ ਸ਼ੁਗਰ ਦੀ ਸ਼ਿਕਾਇਤ ਹਾਂਜੀ ਫੇ ਹਾਂਜੀ ਪਰ ਫਿਰ ਮੈਨੂੰ ਉਹਨਾਂ ਅੰਦਰ ਲਿਆਂਦਾ ਅਤੇ ਜਦੋਂ ਮੈਂ ਅੰਦਰ ਆਈ ਹਾਂ ਅਤੇ ਫਿਰ ਆਕਸੀਜਨ ਲਾਈ ਹੋਈ ਸੀ ਉਹਨਾਂ ਨੇ ਅਤੇ ਆਕਸੀਜਨ ਤੋਂ ਜਿੱਦਾਂ ਫਿਰ ਮੈਂ ਪੁੱਛਿਆ ਕਿੱਦਾਂ ਤੁਹਾਡਾ ਹਾਲ ਉਹ ਮਾਈਕ ਛੱਡ ਗਿਆ ਅਤੇ ਉਹ ਕਹਿੰਦੇ ਠੀਕ ਆ ਅੱਗੇ ਨਾਲੋਂ ਠੀਕ ਆ ਪਰ ਮੇਰੇ ਇੱਥੇ ਛਾਤੀ 'ਤੇ ਥੋੜ੍ਹਾ ਦਰਦ ਹੁੰਦਾ ਹਾਂਜੀ ਫਿਰ ਮੈਨੂੰ ਉਹਨਾਂ ਨੇ ਬਾਹਰ ਕੱਢ ਦਿੱਤਾ ਕਹਿੰਦੇ ਤੁਸੀਂ